सत श्री अकाल जी सारिआं नूं, तुहाडा स्वागत है आज़ाद टी वी भोतना दे उपर। अज असीं तुहाडे सामने लैके आए एक वक्री कहानी, एक वक्री लव स्टोरी, एक अनोखी लव स्टोरी। असीं सारे फिल्मां च वेखदे आं कहानियां, पर जिहड़ी अज कहानी असीं तुहाडे नाल सांझी करन लगे हाँ, तुहानूं विखाउण लगे हाँ, वह कहानी वेख के तुसीं सारे जाणे हो जावोगे हैरान। किवें एक मुंडा, एक नौजवान गभरू, एक किन्नर नूं कर बैठदा है प्यार। ते प्यार तो बाद उन्हां दा व्याह हो जांदा। ते व्याह तो बाद किस तरह की जिंदगी वो बतीत करते ने, आओ करदे आं उन्हां दे नाल गलबात ते वेखदे आं सारे हालात। ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ? ਹਾਂ ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਠੀਕ ਹੋ ਜੀ। ਆ ਜਾਓ ਜੀ। ਹਾਂ ਜੀ। ਹੋਰ ਬਾਈ ਜੀ ਠੀਕ ਠਾਕ ਹੋ? ਹਾਂ ਠੀਕ ਠਾਕ ਵਧੀਆ, ਸਾਰੇ ਛੱਤਾਂ ਕੇ ਠੀਕ ਠਾਕ। ਬਾਕੀ ਆਜ਼ਾਦ ਟੀ ਵੀ ਭੋਤਨਾ ਬਹੁਤ ਬਹੁਤ ਵੈਲਕਮ ਸਾਡੇ ਘਰ ਆਇਆਂ ਨੂੰ। ਸ਼ੁਕਰੀਆ ਜੀ, ਸਾਡੇ ਘਰ ਆਏ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਬਾਕੀ ਸਾਰੇ ਦਰਸ਼ਕਾਂ ਦਾ, ਦੂਰ ਨੇੜੇ ਬੈਠੇ ਮੇਰੇ ਵੀਰਾਂ ਦਾ, ਸਾਰਿਆਂ ਨੂੰ ਧੰਨਵਾਦ। ਠੀਕ ਆ। ਅੱਛਾ ਬਾਈ ਜੀ, ਕਰਦੇ ਆਪਾਂ ਗੱਲਬਾਤ ਸ਼ੁਰੂ, ਹੈ ਨਾ? ਹਾਂਜੀ। ਜਿਹੜੀ ਤੁਹਾਡੀ ਕਹਾਣੀ ਆ, ਇਹ ਸੁਣ ਕੇ ਮੈਂ ਵੀ ਹੈਰਾਨ ਜਿਹਾ ਹੋ ਗਿਆ ਸੀ ਇੱਕ ਵਾਰੀ, ਵੀ ਅਸਲ ਵਿੱਚ ਇਹ ਹੋ ਕਿਵੇਂ ਸਕਦਾ, ਹੈ ਨਾ? ਕਿਉਂਕਿ ਮੇਰੇ ਦਿਮਾਗ ਦੇ ਵਿੱਚ ਕੁਛ ਹੋਰ ਚੱਲ ਰਿਹਾ ਸੀ। ਠੀਕ। ਪਰ ਜਦੋਂ ਮੈਂ ਤੁਹਾਡੀ ਕਹਾਣੀ ਸੁਣੀ ਤਾਂ ਮੈਨੂੰ ਹੋਰ ਵੱਖਰਾ ਜਿਹਾ ਲੱਗਿਆ। ਉਹ ਚੰਗੀ ਤਰ੍ਹਾਂ ਕਲੀਅਰ ਕਰੋ ਵੀ ਤੁਸੀਂ ਇੱਕ ਜ਼ਿਮੀਂਦਾਰ ਪਰਿਵਾਰ 'ਚੋਂ ਸੀ, ਹੈ ਨਾ? ਹਾਂਜੀ। ਵਧੀਆ ਕਾਰੋਬਾਰ ਸੀ ਤੁਹਾਡਾ, ਵੀ ਇੱਕ ਸਮਾਜ ਜਿਹੜੇ ਕਿੰਨਰਾਂ ਨੂੰ ਬਣਦੀ ਥਾਂ ਨਹੀਂ ਦਿੰਦਾ, ਹੈ ਨਾ? ਨਹੀਂ ਦਿੰਦੇ ਜੀ। ਅਤੇ ਤੁਸੀਂ ਉਹਨਾਂ ਨੂੰ ਆਪਦੇ ਦਿਲ 'ਚ ਥਾਂ ਦਿੱਤੀ ਆ, ਇਹਦੇ ਬਾਰੇ ਸਾਨੂੰ ਖੁੱਲ੍ਹ ਕੇ ਦੱਸੋ ਵੀ ਤੁਹਾਡੀ ਗੱਲਬਾਤ ਸ਼ੁਰੂ ਕਿਵੇਂ ਹੋਈ? ਸ਼ੁਰੂ ਤਾਂ ਜੀ ਗੱਲਬਾਤ ਤੁਹਾਨੂੰ ਸਟੋਰ ਕੋਈ ਦੱਸ ਦਿਆਂਗੇ, ਬਹੁਤ ਸਾਡੇ ਨਾਲ ਤਕੜੀ ਗੱਲਬਾਤ ਜਿਹੜੀ ਹੋਈ ਹੈਗੀ। ਸ਼ੁਰੂ ਤੋਂ ਨਾ ਮੈਂ ਪਟਿਆਲੇ ਜਾਂਦਾ ਹੁੰਦਾ ਸੀਗਾ ਮਾਤਾ ਦੇ। ਅੱਛਾ। ਅਤੇ ਉੱਥੇ ਮਾਤਾ ਦੇ ਪਟਿਆਲੇ ਜਾਂਦਾ, ਇਹਦਾ ਇਹ ਮੈਨੂੰ ਉੱਥੇ ਮਿਲੇ ਮਾਤਾ ਦੇ, ਅਤੇ ਮਾਤਾ ਦੇ ਮਿਲੇ ਨਾ ਜਦੋਂ, ਇਹਨਾਂ ਦਾ ਮੈਂ ਨੰਬਰ ਲੈ ਲਿਆ ਉੱਥੋਂ। ਅੱਛਾ। ਮੈਂ ਕਿਹਾ ਪ੍ਰੋਗਰਾਮ 'ਤੇ ਜਾਣਾ ਗਾ, ਆਪਾਂ ਪ੍ਰੋਗਰਾਮ ਲਵਾਇਆ ਕਰੋ, ਆਪਾਂ ਪ੍ਰੋਗਰਾਮਾਂ ਦਾ ਕੰਮ ਵੀ ਕਰਦੇ ਹਾਂਗੇ। ਅਤੇ ਇਹਨਾਂ ਨੇ ਨੰਬਰ ਦੇ ਤਾ, ਜਦੋਂ ਜਿਵੇਂ ਚਲੋ ਫਿਰ ਉਦੋਂ ਬਾਅਦ ਗੱਲ ਕਰਦੇ ਹੁੰਦੇ ਆਪਾਂ ਪਿਆਰ ਦੀ, ਉਦੋਂ ਬਾਅਦ ਸਾਡੀ ਐਂ ਕਹਾਣੀ ਗਾਹਾਂ ਤੁਰ ਪਈ। ਅੱਛਾ, ਜਿਹੜਾ ਤੁਸੀਂ ਨੰਬਰ ਪ੍ਰੋਗਰਾਮ ਵਾਸਤੇ ਲਿਆ ਸੀ ਉਹਦੇ ਨਾਲ ਤੁਹਾਡੀ ਗੱਲਬਾਤ ਹੋਣ ਲੱਗ ਗਈ? ਹਾਂ, ਉਹਦੇ ਨਾਲ ਜਿਹੜਾ ਪਿਆਰ ਵਾਲਾ ਦੌਰ ਸ਼ੁਰੂ ਹੋ ਗਿਆ, ਉੱਥੇ ਹੀ ਪਿਆਰ ਵਾਲਾ ਦੌਰ ਸ਼ੁਰੂ ਹੋ ਗਿਆ। ਬਸ ਫਿਰ ਜਿਹੜਾ ਸਾਡਾ ਦਿਲ ਹੈਗਾ, ਅਸੀਂ ਇਹਦੇ ਦਿਲ ਦੇ ਵਿੱਚ ਇਹਨਾਂ ਨੂੰ ਥਾਂ ਦੇ ਤੀ, ਇੰਨੀ ਥਾਂ ਦੇ ਤੀ ਅਤੇ ਬਸ ਵਿੱਚ ਹੀ ਬਹਿ ਗਏ ਦਿਲ ਦੇ, ਬਸ ਭੁੱਲ ਹੀ ਨਹੀਂ ਸਕੇ ਹੈਗੇ ਇੱਕ ਦੂਜੇ ਨੂੰ। ਇਹ ਵੀ ਮੇਰੇ ਨਾਲ ਖੁਸ਼ ਨੇ, ਮੈਂ ਵੀ ਖੁਸ਼ ਹਾਂ ਇਹਨਾਂ ਨਾਲ। ਬਹੁਤ ਵਧੀਆ ਗੱਲ ਆ ਬਾਈ। ਅਤੇ ਕਿੰਨਾ ਚਿਰ ਹੋ ਗਿਆ ਬਾਈ ਤੁਹਾਨੂੰ ਇਕੱਠੇ ਰਹਿੰਦੇ ਨੇ? ਸਾਨੂੰ 8 ਸਾਲ ਹੋ ਗਏ ਇਕੱਠੇ ਰਹਿੰਦਿਆਂ ਨੂੰ। 8 ਸਾਲ ਹੋ ਗਏ? ਹਾਂ। ਚਲੋ, ਅਤੇ ਜਦੋਂ ਤੁਹਾਨੂੰ ਇਹ ਕਾਲੀ ਮਾਤਾ ਦੇ ਮੰਦਰ 'ਚ ਪਟਿਆਲੇ ਮਿਲੇ, ਹੈ ਨਾ? ਹਾਂਜੀ। ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ, ਅਤੇ ਉਸ ਤੋਂ ਬਾਅਦ ਜਾਂਦੀ ਪਿਆਰ ਵਾਲੀ ਕਹਾਣੀ ਚੱਲ ਪਈ, ਅਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਅੱਗੇ? ਉਸ ਤੋਂ ਬਾਅਦ ਬਸ ਪਿਆਰ ਵਾਲੀ ਕਹਾਣੀ ਚੱਲ ਪਈ, ਜਦੋਂ ਇੱਕ ਦੂਜੇ ਨੂੰ ਅਸੀਂ ਜ਼ਿਆਦਾ ਕਰਨ ਲੱਗ ਗਏ। ਹਾਂ। ਫਿਰ ਉਸ ਤੋਂ ਬਾਅਦ ਘਰ ਦੇ ਸਾਡੇ ਵੀ ਨਹੀਂ ਮੰਨ ਰਹੇ ਸੀਗੇ, ਮੈਂ ਥੋੜ੍ਹੀ ਗੱਲ ਤੋਰੀ ਘਰੇ, ਕਹਿੰਦੇ ਨਹੀਂ। ਇਹਨਾਂ ਨੂੰ ਮੈਂ ਪਿੰਡ ਲੈ ਕੇ ਗਿਆ ਆਪਣੇ ਘਰ ਇੱਕ ਵਾਰ, ਆਪਦੇ ਘਰ ਲੈ ਗਏ? ਹਾਂ। ਮੈਂ ਕਿਹਾ ਦੇਖਦੇ ਹਾਂ ਕੋਈ ਗੱਲ ਨਹੀਂ ਜਾ ਕੇ ਵੀ ਕੀ ਕਹਿੰਦੇ ਨੇ। ਚੱਲ ਘਰ ਲੈ ਕੇ ਗਿਆ ਆਪਣੇ ਇਹਨਾਂ ਨੂੰ, ਫਿਰ ਕੋਈ ਐਸੀ ਉੱਥੇ ਘਟਨਾ ਵਾਪਰੀ ਜਦੋਂ ਘਰ ਲੈ ਕੇ ਗਿਆ ਮੈਂ, ਅਸੀਂ ਇਹਨਾਂ ਨੂੰ ਲੈ ਕੇ, ਮੈਂ ਕਿਹਾ ਚੱਲ ਨਾਲੇ ਘਰੇ ਚੱਲਾਂਗੇ ਨਾਲੇ ਬਾਬੇ ਦੇ ਮੱਥਾ ਟੇਕ ਆਵਾਂਗੇ, ਇਹਨੂੰ ਕੋਈ ਉੱਧਰ ਜਾਣਾ ਸੀਗਾ। ਮੇਰੇ ਕੋਲ ਮੋਟਰਸਾਈਕਲ ਮੇਰੇ ਕੋਲ, ਹੁਣ ਮਾਂ ਦੇ ਦਿਲ 'ਚ ਦੇਖ ਲਓ ਕਿੱਡਾ ਉਹ ਹੁੰਦਾ ਗਾ, ਚਾਹੇ ਕਿਵੇਂ ਮਰਜ਼ੀ ਆਗਾ। ਮੇਰੀ ਮੰਮੀ ਨੇ ਆਖਿਆ ਵੀ ਤੁਸੀਂ ਸਵੇਰੇ ਸਾਨੂੰ ਰੋਟੀ ਖਵਾਈ, ਇਹਨਾਂ ਨੂੰ ਰੋਟੀ ਖਵਾਈ, ਵਧੀਆ ਜਤਮਾਨ ਕਰਿਆ, ਕਹਿੰਦੇ ਤੁਸੀਂ ਜਾਵੜੋ ਹੁਣ ਇੱਥੋਂ। ਉਹਨਾਂ ਨੇ ਮੈਨੂੰ ਦੱਸਿਆ ਨਹੀਂ ਹੈਗਾ ਵੀ ਕੋਈ ਗੱਲਬਾਤ ਹੋਣ ਵਾਲੀ ਆ ਤੁਹਾਡੇ ਨਾਲ, ਜਾਂ ਕੋਈ ਤੁਹਾਨੂੰ ਲੈ ਕੇ ਜਾਣਗੇ, ਵੱਖ ਕਰਨਗੇ ਤੁਹਾਨੂੰ ਇੱਕ ਦੂਜੇ ਤੋਂ। ਅੱਛਾ। ਐਂ ਨਹੀਂ ਦੱਸਿਆ ਹੈਗਾ। ਚਲੋ ਜੀ,
ਅੱਛਾ ਕੋਈ ਗੱਲ ਨਹੀਂ ਜਾਣੇ ਅਸੀਂ ਰੋਟੀ ਪਾਣੀ ਖਾਧੀ ਚਾਹ ਪੀਤਾ ਜਦੋਂ ਇਹਨਾਂ ਨੂੰ ਬਿਠਾ ਕੇ ਮੈਂ ਪਿੱਛੇ ਜਾਣ ਲੱਗਿਆ ਨਾ ਮੂਹਰੇ ਇੱਕ ਅਚਾਨਕ ਗੱਡੀ ਆਉਂਦੀ ਹੈਗੀ ਅੱਛਾ ਹਾਂਜੀ ਅਚਾਨਕ ਗੱਡੀ ਆਉਂਦੀ ਹੈਗੀ ਉਹਦੇ ਵਿੱਚ ਗੱਡੀ ਦੇ ਵਿੱਚ ਸੀਗੇ ਚਾਰ ਜਾਣੇ ਸੀਗੇ ਜੀ ਅੱਛਾ ਚਾਰ ਪੰਜ ਜਾਣੇ ਗੱਡੀ 'ਚ ਹੈਗੇ ਸੀ ਉਹਨਾਂ ਨੇ ਮੇਰੀ ਆ ਕੇ ਬਾਂਹ ਫੜ ਲਈ ਮੈਨੂੰ ਅੰਦਰ ਲੈ ਗਏ ਮੈਂ ਹਾਂਜੀ ਦੱਸੋ ਤੁਸੀਂ ਬਾਂਹ ਫੜ ਰਹੇ ਹੋ ਘਰੇ ਆ ਕੇ ਵੀ ਗੱਲ ਕੀ ਆ ਬਹਿ ਕੇ ਗੱਲ ਕਰੋ ਕਹਿੰਦੇ ਸੀ ਆਈ ਸਟਾਫ ਵਾਲੇ ਆਗੇ ਅਤੇ ਵੀ ਤੁਹਾਨੂੰ ਅਸੀਂ ਉੱਥੇ ਲੈ ਕੇ ਜਾਣਾਗਾ ਇਹਨਾਂ ਨੂੰ ਜਾਣੀ ਕਿ ਕੁਛ ਨਹੀਂ ਆਖਿਆ ਹੈਗਾ ਅੱਛਾ ਇਹ ਵੀ ਤੁਹਾਡੇ ਨਾਲ ਸੀ ਹਾਂ ਇਹ ਨਾਲ ਸੀਗੇ ਇਹ ਜਦੋਂ ਮੂਹਰੇ ਆ ਗਏ ਹੋਏ ਉੱਤਰ ਗਏ ਫਿਰ ਅਸੀਂ ਘਰੇ ਵਾਗੇ ਕਮਰੇ 'ਚ ਬਹਿ ਕੇ ਗੱਲਾਂ ਕਰੀਆਂ ਅਤੇ ਸਾਡੇ ਰਿਸ਼ਤੇਦਾਰ ਆ ਗਏ ਹੋਰ ਉਹ ਵੀ ਇੱਕ ਦੂਜੇ ਤੋਂ ਸਾਨੂੰ ਜਿਹੜਾ ਸਾਡਾ ਦੱਸ ਰਿਹਾ ਸਾਨੂੰ ਤਿੰਨ ਚਾਰ ਮਹੀਨੇ ਜਿਹੜਾ ਸਟਕਾਰਾ ਸਾਡਾ ਪਿਆ ਸੀਗਾ ਬਹੁਤ ਵੱਡਾ ਉਹ ਵੀ ਜਾਣੀ ਕਿ ਮੈਂ ਦੱਸਾਂ ਵੀ ਰਿਸ਼ਤੇਦਾਰ ਜਿਵੇਂ ਹੁੰਦੇ ਨੇ ਸਾਰੇ ਠੀਕ ਆ ਉਹਨਾਂ ਦੀ ਬਾਬਾ ਜੋਤੀ ਪਿਆ ਸੀਗਾ ਅਤੇ ਚਲੋ ਘਰ ਸੈਨ ਸੂਣ ਕਰਾ ਕੇ ਘਰਦਿਆਂ ਤੋਂ ਮੈਨੂੰ ਫਿਰ ਨਾ ਜਦੋਂ ਲੈ ਜਾਂਦੇ ਨੇ ਗੱਡੀ 'ਚ ਬਿਠਾ ਕੇ ਅੱਛਾ ਮੇਰੇ ਕੋਲ ਇਹਦੀਆਂ ਫੋਟੋਆਂ ਹੁੰਦੀਆਂ ਨੇ ਪਰਸ 'ਚ ਮੋਬਾਈਲ ਹੁੰਦਾ ਉਹ ਮੈਨੂੰ ਰਸਤੇ 'ਚ ਜਾ ਕੇ ਕੱਢ ਲੈਂਦੇ ਨੇ ਜਦੋਂ ਫਿਰ ਮੈਨੂੰ ਅਚਾਨਕ ਲੱਗ ਰਿਹਾ ਵੀ ਯਾਰ ਇਹ ਕੀ ਹੋ ਗਿਆ ਵੀ ਸਾਰਾ ਕੁਛ ਕੱਢ ਲਿਆ ਇਹਨਾਂ ਨੇ ਮੇਰਾ ਮੇਰੇ ਕੋਲ ਨੰਬਰ ਵੀ ਨਹੀਂ ਸੀਗਾ ਇਹਨਾਂ ਦਾ ਨੰਬਰ ਵੀ ਤੋੜ ਕੇ ਸਿੱਟ ਦਿੰਦੇ ਨੇ ਉਹ ਅੱਛਾ ਹਾਂ ਉਹ ਸਿੱਟ ਦਿੰਦੇ ਨੇ ਯਾਦ ਫਿਰ ਮੈਨੂੰ ਇੱਧਰ ਦਿੜਬੇ ਲੈ ਜਾਂਦੇ ਨੇ ਨਾ ਫਿਰ ਮੈਨੂੰ ਪਤਾ ਲੱਗਦਾ ਵੀ ਇਹ ਸੀ ਆਈ ਸਟਾਫ ਵਾਲੇ ਨਹੀਂ ਹੈਗੇ ਇਹ ਤਾਂ ਕੋਈ ਹੋਰ ਬੰਦੇ ਨੇਗੇ ਇਹ ਅੱਛਾ ਜਾਂਦੇ ਉਹ ਸੀ ਆਈ ਸਟਾਫ ਵਾਲੇ ਨਹੀਂ ਸੀਗੇ ਨਹੀਂ ਉੱਥੇ ਜਦੋਂ ਮੈਂ ਅੰਦਰ ਗਿਆ ਸਮਝ ਲਾ ਉਦੋਂ ਬਾਅਦ ਤਾਂ ਐਂ ਮੰਨ ਲਓ ਵੀ ਜਿਵੇਂ ਜਲਾਤ ਕਹਿਣ ਦੇ ਆ ਗਏ ਇਹੋ ਜਿਹੇ ਬੰਦੇ ਸੀਗੇ ਉਹ ਅਤੇ ਫਿਰ ਲੈ ਕਿੱਥੇ ਗਏ ਤੁਹਾਨੂੰ ਲੈ ਜੀ ਸੁਲਭ ਘਰਾਟ ਦਿੜਬਾ ਰੋਡ 'ਤੇ ਸੈਂਟਰ ਨਸ਼ਾ ਛੜਾਊ ਸੈਂਟਰ ਦੇ ਵਿੱਚ ਨਸ਼ਾ ਛੜਾਊ ਕੇਂਦਰ 'ਚ ਲੈ ਹਾਂਜੀ ਉੱਥੇ ਲੈ ਕੇ ਜਾਣੀ ਕਿ ਮੈਂ ਕੁਛ ਨਸ਼ਾ ਕਰਦਾ ਵੀ ਨਹੀਂ ਸੀਗਾ ਓਕੇ ਅਤੇ ਉੱਥੇ ਅੰਦਰ ਜਦੋਂ ਲੈ ਗਏ ਮੈਨੂੰ ਚੈੱਕਅਪ ਕਰਕੇ ਉਹਨਾਂ ਨੇ ਵਾੜਿਆ ਵੀ ਕੋਈ ਜੇਬ 'ਚ ਤਾਂ ਨਹੀਂ ਹੈਗੀਆਂ ਚੀਜ਼ਾਂ ਇਹਨਾਂ ਦੇ ਚੱਲ ਮੈਨੂੰ ਅੰਦਰ ਵਾੜਤਾ ਉਦੋਂ ਬਾਅਦ ਅੰਦਰ ਵਾੜੇ ਤੋਂ ਜੀ ਉਹਨਾਂ ਦੇ ਨਾ ਤਿੰਨ ਚਾਰ ਗੇਟ ਸੀਗੇ ਜਦੋਂ ਅੰਦਰ ਵਾੜਦੇ ਸੀਗੇ ਅਸੀਂ 20 ਜਾਣੇ ਮੁੰਡੇ ਹੁੰਦੇ ਸੀਗੇ ਅੰਦਰ ਇੱਕ ਦੂਜੇ ਨੂੰ ਬੁਲਾ ਵੀ ਨਹੀਂ ਸਕਦੇ ਸੀ ਠੀਕ ਹੈ ਜੇ ਅਸੀਂ ਇੱਕ ਦੂਜੇ ਨੂੰ ਬੁਲਾਉਣੇ ਆ ਜਾਂ ਮੈਂ ਤੁਹਾਨੂੰ ਕਹਿਤਾ ਵੀਰ ਜੀ ਹੋਰ ਕਿਵੇਂ ਹੋ ਠੀਕ ਠਾਕ ਹੋ ਕਹਿਤਾ ਬਸ ਫਿਰ ਉਹਨਾਂ ਨੇ ਇਹੋ ਜਿਹੀ ਕਾਰਵਾਈ ਕਰਨੀ ਆ ਦੋਹਾਂ ਦੀ ਕੁੱਟਮਾਰ ਕਰਨੀ ਆ ਜਿਵੇਂ 20 ਜਾਣੇ ਗੁੰਗੇ ਬੈਠੇ ਹੁੰਦੇ ਐਂ ਬੈਠਣਾ ਗਾ ਉੱਥੇ ਨਾ ਤਾਂ ਬੋਲ ਸਕਦੇ ਹਾਂ ਕਿਸੇ ਨਾਲ ਜੇ ਕੋਈ ਬੋਲ ਪਿਆ ਫਿਰ ਬਹੁਤ ਤਕੜੀ ਸਜ਼ਾ ਇਹੋ ਜਿਹੀ ਦਿੰਦੇ ਆ ਮੂੰਹ ਕੰਧ ਕੰਨੀ ਨੂੰ ਕਰਕੇ ਬਿਠਾ ਆਉਂਦੇ ਆ ਇੱਟ ਫੜਾ ਆਉਂਦੇ ਆ ਇਹਨਾਂ ਨੂੰ ਘਸਾਈ ਚੱਲੋ ਬਰੀਕ ਕਰ ਦਿਓ ਸਾਨੂੰ ਉਹ ਸਾਡਾ ਸਤਕਾਰਾ ਉੱਥੋਂ ਫਿਰ ਨਾ ਬੁੜੀ ਕੋਈ ਪੋਚਾ ਲਾਉਣ ਆਉਂਦੀ ਆ ਜ਼ਿਆਦਾ ਉਹ ਆਪਦੀ ਚੁੰਨੀ ਭੁੱਲ ਜਾਂਦੀ ਹੈਗੀ ਬਸ ਇੱਕ ਜਦੋਂ ਚੁੰਨੀ ਭੁੱਲ ਜਾਂਦੀ ਆ ਉਹ ਮੇਰੇ ਹੱਥ ਲੱਗ ਜਾਂਦੀ ਆ ਮੈਂ ਆਪਣੇ ਪਿੱਛੇ ਧਰ ਲੈਣਾ ਹੁੰਦਾ ਇੱਥੇ ਪਿਆ ਜਦ ਸਾਰੇ ਖਾਣਾ ਖਾਣ ਬਾਹਰ ਆ ਜਾਂਦੇ ਨੇ ਨਾ ਮੈਂ ਚੁੰਨੀ ਕੀ ਕਰਦਾ ਉਹਦੇ ਨਾਲ ਪੱਖੇ ਨਾਲ ਪਾ ਕੇ ਮੈਂ ਆਪਦੇ ਗੱਲ 'ਚ ਫਾਹਾ ਲੈਣ ਦੀ ਕੋਸ਼ਿਸ਼ ਕਰਦਾ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਛੱਡ ਸਕਦਾ ਸੀਗਾ ਇਹਨਾਂ ਨੂੰ ਦਿਲ ਦੇ ਵਿੱਚ ਪਿਆਰ ਚਲੋ ਇੱਕ ਪਿਆਰ ਹੁੰਦਾ ਗਾ ਰੱਬ ਕੰਨੀ ਉਹ ਠੀਕ ਅੱਲਾ ਪਾਕ ਨੇ ਵੀ ਪਿਆਰ ਕਰਿਆਗਾ ਅਤੇ ਜਦ ਮੈਂ ਫਾਹਾ ਲੈਣ ਲੱਗੇ ਨਾ ਉੱਥੋਂ ਮੈਨੂੰ ਜਿਹੜਾ ਉਹਨਾਂ ਦਾ ਬੰਦਾ ਰੱਖੇ ਹੋਏ ਹੁੰਦੇ ਨੇ ਮੂਹਰੇ ਨਿਗਾਹਸਾਨੀ 'ਤੇ ਉਹਨੇ ਮੇਰੀ ਆ ਕੇ ਲੱਤਾਂ ਫੜ ਲਈਆਂ ਮੈਨੂੰ ਤਾਹਾਂ ਤੋਂ ਥੱਲੇ ਤਾਰ ਲਿਆ ਜੇ ਦੋ ਚਾਰ ਮਿੰਟ ਨਾ ਆਉਂਦਾ ਫਿਰ ਚਲੋ ਕਰ ਲੈਂਦਾ ਮੈਂ ਸਰੀਕਾ ਉਦੋਂ ਬਾਅਦ ਜਦ ਥੱਲੇ ਤਾਰ ਕੇ ਉਹ ਮੈਨੂੰ ਬਾਹਰੇ ਲੈ ਗਿਆ ਆਓ ਠੀਕ ਆ ਉਹਨਾਂ ਕੋਲ ਮੈਨੂੰ ਲੈ ਗਿਆ ਜਿਹੜੇ ਵੱਡੇ ਸੀਗੇ ਉਹਨਾਂ ਦੇ ਜਿਹੜਾ ਬੱਲਾ ਹੁੰਦਾ ਖੇਡਣ ਵਾਲਾ ਉਹਦੇ ਨਾਲ ਮੇਰੀ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਉਹਨਾਂ ਨੇ ਵੀ ਤੂੰ ਇਹ ਕੀ ਕਰਨ ਲੱਗਿਆ ਸੀ ਫਾਹਾ ਲੈਣ ਲੱਗਿਆ ਸੀਗਾ ਫਿਰ ਰਾਤ ਨੂੰ 12:30-12:10 ਉਹਨਾਂ ਨੇ ਫੋਨ ਕਰਿਆ ਸਾਡੇ ਘਰਦਿਆਂ ਨੂੰ ਵੀ ਤੁਹਾਡੇ ਮੁੰਡੇ ਨੇ ਤਾਂ ਆਹ ਗੱਲਬਾਤ ਕਰ ਲਈ ਸੀਗੀ ਵੀ ਜੇ ਮਰ ਗਿਆ ਫਿਰ ਵੀ ਲੈ ਕੇ ਜਾਊਂਗੇ ਇਹਨੂੰ ਵੀ ਲੈ ਜਾਓ ਯਾਨੀ ਕਿ ਉੱਥੇ ਮੈਂ ਮਹੀਨਾ ਰਿਹਾ ਮਹੀਨੇ ਦੇ ਵਿੱਚ ਮੈਂ ਬਸ 10-15 ਦਿਨ ਰੋਟੀ ਖਾਧੀ ਹੈਗੀ ਸਾਰੀ ਰੋਟੀ ਨਾ ਪਾਣੀ ਨਾ ਕੁਛ ਨਹੀਂ ਮੈਂ ਰੋਈ ਜਾਂਦਾ ਹੁੰਦਾ ਸੀ ਪਿਆ ਇਹਨਾਂ ਨੂੰ ਯਾਦ ਕਰਨਾ ਰੋਈ ਜਾਣਾ ਵੀ ਕਿੱਥੇ ਸਾਡਾ ਪਿਆਰ ਇਹੋ ਜਿਹੇ ਬੰਦੇ ਜਲਾਤ ਕਿਹੋ ਜਿਹੇ ਬੰਦੇ ਨੇ ਅੱਜ ਕੱਲ੍ਹ ਦੁਨੀਆਂ 'ਤੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਕਿੰਨਰ ਸਮਾਜ ਆ ਜੋ ਸਾਡਾ ਨਾ ਇਹਨਾਂ ਨੂੰ ਲੋਕ ਅਲੱਗ ਹੀ ਮੰਨਦੇ ਨੇ ਵੱਖਰੀ ਨਜ਼ਰ ਨਾਲ ਵੇਖਦੇ ਹਾਂ ਇੱਕ ਔਰਤ ਹੁੰਦੀ ਹੈਗੀ ਇੱਕ ਮਰਦ ਹੁੰਦਾ ਗਾ ਇਹ ਵਿਚਕਾਰ ਨੇ ਇਹਨਾਂ ਨੂੰ ਵਿਚਕਾਰ ਛੱਡਤਾ ਠੀਕ ਆ ਮੈਂ ਆਪਣੇ ਦਿਲ 'ਚ ਇਹਨਾਂ ਨੂੰ ਥਾਂ ਦਿੱਤੀ ਹੈਗੀ ਐਸੀ ਥਾਂ ਦਿੱਤੀ ਆ ਨਾ ਕੋਈ ਕੱਢ ਸਕੇ ਨਾ ਮੈਂ ਕੱਢਾਂ ਕੱਲ੍ਹ ਵੀ ਇਹਦੇ ਸੀ ਅੱਜ ਵੀ ਇਹਦੇ ਹਾਂ ਬਸ ਹੁਣ ਤਾਂ ਇਹੀ ਕਿਹਾ ਵੀ ਸਾਡੀ ਜਿੱਥੇ ਲੱਗੀ ਆ ਅਤੇ ਲੱਗੀ ਰਹਿਣ ਦੇ ਅਤੇ ਫਿਰ ਉਦੋਂ ਬਾਅਦ ਜਦ ਮੈਨੂੰ ਲੈ ਜਾਂਦੇ ਨੇ ਨਾ ਬਾਈ ਜੀ ਅਤੇ ਫਿਰ ਮੈਨੂੰ ਸਿੱਧਾ ਆਪਦੀ ਭੂਆ ਦੇ ਪਿੰਡ ਲੈ ਜਾਂਦੇ ਨੇ ਮੈਨੂੰ ਘਰ ਵੀ ਨਹੀਂ ਲਿਆਉਂਦੇ ਘਰੇ ਜਿਹੜੇ ਦੋਸਤ ਹੁੰਦੇ ਆ ਮੇਰੇ ਪਿੰਡ ਜਦੋਂ ਮੈਨੂੰ ਲੈ ਜਾਂਦੇ ਨੇ ਚੁਕਾ ਦਿੰਦੇ ਨੇ ਫਿਰ ਮੈਨੂੰ ਕਹਿੰਦੇ ਵੀ ਘਰ ਦੇ ਪੁੱਛਦੇ ਨੇ ਬਾਹਰੋਂ ਵੀ ਕਿੱਧਰ ਗਿਆ ਬਈ ਤੁਹਾਨੂੰ ਮਿਲ ਨਹੀਂ ਰਿਹਾ ਹੁਣ ਵੀ ਕਿੱਧਰ ਗਿਆ ਘਰੇ ਕਹਿੰਦੇ ਵੀ ਇਸ ਤਾਂ ਬਾਹਰੇ ਤੋੜਤਾ ਉਹਨੂੰ ਅੱਛਾ ਵੀ ਬਾਹਰ ਤੋੜਤਾ ਫੌਰਨ 'ਚ ਤੋੜਤਾ ਬਾਹਰੇ ਅਤੇ ਫਿਰ ਪਿੰਡ ਦਿਆਂ ਨੂੰ ਵੀ ਸੋਚ ਹੋ ਜਾਂਦੀ ਆ ਯਾਰ ਦੋਸਤਾਂ ਨੂੰ ਵੀ ਸੋਚ ਹੋ ਜਾਂਦੀ ਆ
ਵੀ ਕੀ ਗੱਲ ਬਈ ਐਡੀ ਛੇਤੀ ਜੇ ਜਾਊਗਾ ਤਾਂ ਸਾਰਿਆਂ ਨੂੰ ਦੱਸ ਕੇ ਜਾਊਗਾ। ਇਹਨਾਂ ਨੂੰ ਵੀ ਕਹਿਤਾ ਉਹਨਾਂ ਨੇ ਜਦ ਆਉਣ ਲੱਗੇ ਸਾਨੂੰ ਦੱਸਣਗੇ ਕਹਾਣੀ, ਇਹਨਾਂ ਨੂੰ ਵੀ ਕਹਿਤਾ ਵੀ ਅਸੀਂ ਉਹਨੂੰ ਤੋੜਤਾ, ਤੂੰ ਇਹਨੂੰ ਮਿਲੀ ਨਾ, ਅੱਜ ਤੋਂ ਬਾਅਦ ਨਹੀਂ ਮਿਲਣਾ ਤੂੰ ਇਹਨੂੰ। ਠੀਕ ਹੈ। ਅਤੇ ਪੁੱਛਣ ਪਿੰਡ ਦੇ ਬਈ ਕਿੱਧਰ ਤੋੜਤਾ, ਕਹਿੰਦੇ ਅਸੀਂ ਬਾਹਰੇ ਤੋੜਤਾ। ਫਿਰ ਜਦ ਮਹੀਨੇ ਬਾਅਦ ਮੈਂ ਆਇਆ ਘਰੇ, ਠੀਕ ਆ, ਚੱਲ 5-7 ਦਿਨ ਤਾਂ ਮੈਂ ਕਿਸੇ ਨੂੰ ਨਹੀਂ ਦੱਸ ਪਾਇਆ। ਫਿਰ ਮੇਰੇ ਦਿਲ 'ਚੋਂ ਆਵਾਜ਼ ਉੱਠੀ ਵੀ ਕਿਸੇ ਦਿਨ ਤਾਂ ਕਦਮ ਚੱਕਣਾ ਪਊਗਾ ਹੁਣ, ਠੀਕ ਆ, ਜਿੱਥੇ ਲਾਈ ਆ ਉਹ ਤਾਂ ਨਿਭਾਉਣੀ ਪਊਗੀ। ਇਹਨਾਂ ਨੂੰ ਵੀ ਮੈਂ ਕਹਿਤਾ ਸੀਗਾ, ਮੈਂ ਕਿਹਾ ਅੱਜ ਤੇਰੀ ਬਾਂਹ ਫੜ ਦਾਂਗਾ, ਠੀਕ ਆ, ਪਿਆਰ ਤਾਂ ਹਰੇਕ ਕਰ ਲੈਂਦਾ ਗਾ, ਪਰ ਤੈਨੂੰ ਪਾਰ ਕਰਕੇ ਮੈਂ ਦਿਖਾਊਂਗਾ ਵੀ ਕਿਵੇਂ ਹੁੰਦਾ ਗਾ। ਚੱਲ ਫਿਰ ਹੌਲੀ ਹੌਲੀ ਸਾਰਿਆਂ ਨੂੰ ਦੱਸ ਦਿੰਦਾ ਵੀ ਮੇਰੇ ਨਾਲ ਆਹ ਘਟਨਾ ਵਾਪਰੀ ਆ, ਕਿ ਚੱਲ ਐਂ ਹੋਇਆ ਸਾਡੇ ਨਾਲ, ਠੀਕ ਆ। ਫਿਰ ਉਸ ਤੋਂ ਬਾਅਦ ਮੈਂ ਜਦੋਂ ਘਰ ਦੇ ਸਾਡੇ ਨਹੀਂ ਮੰਨਦੇ, ਕਿਤੇ ਪੁਲਿਸ ਪਾ ਦੇਣੀ ਮੇਰੇ ਮਗਰ, ਰਾਤ ਨੂੰ ਨਾ ਮੈਂ 1-1 ਵਜੇ ਬਰਨਾਲੇ ਤੋਂ ਤੁਰ ਕੇ ਆਉਂਦਾ ਹੁੰਦਾ ਸੀ ਇੱਧਰ ਪਟਿਆਲਾ ਸਾਈਡ, ਪਟਿਆਲਾ ਸਾਈਡ ਤੁਰ ਕੇ ਆਉਂਦਾ ਸੀ ਜੀ। ਮੇਰੇ ਕੋਲ ਇੱਕ ਮੋਬਾਈਲ ਵੀ ਨਹੀਂ ਹੁੰਦਾ ਸੀਗਾ, ਉਹ ਵੀ ਮੇਰਾ ਮੋਬਾਈਲ ਖੋਲਿਆ ਸੀਗਾ ਵੀ ਮੈਂ ਲਾਈਟ ਨਾਲ ਦੇਖ ਲਾਂ ਵੀ ਕੋਈ ਥੱਲੇ ਕੁਛ ਚੀਜ਼ ਤਾਂ ਨਹੀਂ ਹੈਗੀ ਵੀ ਲੜ ਜੇ ਜਾਂ ਕੁਛ ਹੋਰ। ਮੈਂ ਬਰਨਾਲੇ ਤੋਂ ਲੈਣ ਪੈ ਜਾਣਾ, ਇੱਕ ਲੈਣ ਦੇ ਸਹਾਰੇ ਮੈਂ ਤੁਰਿਆ ਜਾਣਾ ਵੀ ਉੱਥੇ ਜਾਊਗੀ ਲੈਣ। ਫਿਰ ਰਾਤ ਨੂੰ 1-1 ਵਜੇ 2-2 ਵਜੇ ਇਹਨਾਂ ਦਾ ਕੁੰਡਾ ਖੜਕਾਉਣਾ, ਆ ਕੇ ਮੈਂ ਗੇਟ ਖੋਲ੍ਹਣਾ, ਮੈਂ ਲਿਬੜਿਆ ਹੋਣਾ ਕੱਪੜੇ, ਮੈਂ ਆ ਗਿਆ ਤੁਹਾਡੇ ਕੋਲ ਰਾਤ ਨੂੰ 1-1 ਵਜੇ ਆਉਣਾ। ਇੱਧਰੋਂ ਵਗਤਾ ਜਾਂਦਾ ਸੀ ਮੈਂ ਪਿੰਡ, ਉੱਧਰੋਂ ਆਉਣ ਦਾ ਮੈਨੂੰ ਬਹੁਤ ਦਿੱਕਤ ਪੈਂਦੀ ਸੀਗੀ, ਸਾਨੂੰ ਨਹੀਂ ਇਕੱਠੇ ਰਹਿਣ ਦਿੰਦੇ, ਅੱਜ ਵੀ ਨਹੀਂ ਸਾਡੇ ਸਾਨੂੰ ਇਕੱਠਿਆਂ ਨੂੰ ਜਲ ਰਹੇ, ਕੋਈ ਨਹੀਂ ਜਲ ਰਿਹਾ ਸਾਨੂੰ, ਰਿਸ਼ਤੇਦਾਰ ਉਹ ਮੂੰਹ ਮੋੜ ਰਹੇ ਨੇ, ਫੋਨ ਨਹੀਂ ਕਰ ਰਿਹਾ, ਐਡਾ ਤਕੜਾ ਕਾਰੋਬਾਰ ਹੋ ਕੇ, ਠੀਕ ਆ, ਅਸੀਂ ਬੈਠੇ ਹਾਂ ਕਿਰਾਏ 'ਤੇ, ਸਾਡਾ ਵੀ ਕੁਛ ਸੋਚਣ ਮਾੜਾ ਮੋਟਾ, ਠੀਕ ਆ ਨਾ। ਅਤੇ ਫਿਰ ਮੈਂ ਇਹਨਾਂ ਕੋਲ ਰਾਤ ਨੂੰ 1-1 ਵਜੇ ਆਉਂਦਾ ਹੁੰਦਾ ਸੀਗਾ। ਫਿਰ ਉਦੋਂ ਬਾਅਦ ਅਸੀਂ ਕਰ ਲਿਆ ਵੀ ਅਸੀਂ ਨਾ ਦੋਹਾਂ ਨੇ ਹੁਣ ਇਕੱਠੀ ਰਹਿਣਾ ਗਾ, ਵੀ ਹੁਣ ਇੱਕ ਦੂਜੇ ਨੂੰ ਅਸੀਂ ਛੱਡਦੇ ਨਹੀਂ ਗੇ। ਉੱਧਰ ਪੈ ਜਾ ਵਗ ਜਾਂਦਾ ਮੈਂ, ਇੱਧਰੋਂ ਫਿਰ ਆਉਣਾ ਗਾ, ਫਿਰ ਮੇਰੀ ਕੁੱਟਮਾਰ ਕਰਦਿਆਂ ਕਿਤੇ ਸਟੇਸ਼ਨ 'ਤੇ ਫੜ ਲਿਆ ਮੈਨੂੰ ਇੱਕ ਵਾਰੀ, ਮੇਰੇ ਕੱਪੜੇ ਪਾੜਤੇ ਘਰਦਿਆਂ ਨੇ ਬਈ ਤੂੰ ਨਹੀਂ ਜਾਣਾ ਇਹਦੇ ਕੰਨੀ। ਮੈਂ ਕਿਹਾ ਨਾ, ਮੇਰਾ ਹੈਗੀ ਆ ਗੱਲਬਾਤ, ਮੇਰੀ ਹੈਗੀ ਹੈਗੀ, ਠੀਕ ਆ, ਤੁਸੀਂ ਵਾਈਫ ਕਹਿੰਦੇ ਹੋਗੇ, ਠੀਕ ਆ, ਮੇਰੀ ਹੈਗੀ ਹੈਗੀ ਇਹੀ, ਜਿਹੜਾ ਕੁਛ ਆ ਰੱਬ ਵੀ ਮੇਰਾ ਇਹੀ ਆ, ਮਾਂ ਵੀ ਪਿਓ ਵੀ ਮੇਰਾ, ਸਾਰਾ ਕੁਛ ਤਾਂ ਇਹੀ ਹੈਗਾ ਹੁਣ। ਫਿਰ ਅਸੀਂ ਕਿਰਾਏ 'ਤੇ ਬਹਿ ਗਏ, ਰਹਿਣ ਲੱਗ ਗਏ, ਕਮਰਾ ਲੈ ਲਿਆ ਇੱਕ। ਫਿਰ ਸਾਨੂੰ ਉਦੋਂ ਬਾਅਦ 7-8 ਸਾਲ ਹੋ ਗਏ ਸਾਨੂੰ ਹੁਣ ਕਿਰਾਏ 'ਤੇ ਬੈਠੇ ਹਾਂਗੇ ਅਸੀਂ, ਅਤੇ ਪ੍ਰੋਗਰਾਮ ਵੀ ਲਾਉਣੇ ਆਗੇ, ਠੀਕ ਆ। ਉਦੋਂ ਬਾਅਦ ਅਸੀਂ ਫਿਰ ਇਕੱਠੇ ਰਹਿਣ ਲੱਗ ਗਏ, ਬਹੁਤ ਘਰਦਿਆਂ ਨੇ ਜ਼ੋਰ ਲਾਇਆ, ਪਿੰਡ 'ਚੋਂ ਮੈਨੂੰ ਤਾਨੇ ਮਿਹਣੇ ਬਹੁਤ ਮਾਰਦੇ ਲੋਕ, ਬਈ ਤੂੰ ਇੱਕ ਕਿੰਨਰ ਨਾਲ ਵਿਆਹ ਕਰਾ ਲਿਆ, ਤੈਨੂੰ ਕੁੜੀਆਂ ਦਾ ਘਾਟਾ ਸੀਗਾ, ਮੇਰੀਆਂ ਭਰਜਾਈਆਂ ਨੇ ਕਹਿਣਾ ਤੇਰਾ ਅਸੀਂ ਵਿਆਹ ਕਰ ਦਿੰਦੇ ਹਾਂਗੇ, ਕੁੜੀ ਲਿਆ ਕੇ ਦਿੰਦੇ ਹਾਂ ਤੈਨੂੰ, ਸੋਹਣੇ ਵਰਗੀ ਵਧੀਆ ਕੁੜੀ ਲਿਆ ਕੇ ਦਿੰਦੇ ਹਾਂ ਤੈਨੂੰ, ਤੂੰ ਕਿੰਨਰ ਸਮਾਜ ਨਾਲ। ਮੈਂ ਕਿਹਾ ਮੇਰੀ ਖਾਤਰ ਤਾਂ ਇਹੀ ਸੋਹਣਾ ਇਹੀ ਚਾਂਦੀ ਆ ਗਈ, ਕੁੱਲੀ ਯਾਰ ਦੀ ਸੁਰਗ ਦਾ ਝੂਟਾ ਅੱਗ ਲਾਉਣਾ ਮਹਿਲਾਂ ਨੂੰ, ਸਾਡਾ ਤਾਂ ਇਹੀ ਆ ਸਾਰਾ ਕੁਛ, ਠੀਕ ਇਹਦੇ ਨਾਲ ਹੀ ਖੁਸ਼ ਹਾਂ ਮੈਂ। ਉਹ ਸਾਰਾ ਕੁਛ ਹੋਣ ਦੇ ਬਾਵਜੂਦ ਫਿਰ ਤੁਸੀਂ ਇਹਨਾਂ ਨਾਲ ਵਿਆਹ ਕਰਵਾ ਲਿਆ? ਹਾਂ, ਸਾਨੂੰ 6 ਸਾਲ ਹੋ ਗਏ। ਫਿਰ ਉਦੋਂ ਬਾਅਦ ਸਾਨੂੰ ਇਹ ਪਤਾ ਲੱਗਣ ਲੱਗ ਗਿਆ ਵੀ ਕੋਈ ਗੱਲਬਾਤ ਨਾ ਕਰ ਦੇਣ, ਸਾਨੂੰ ਵੀ ਮਨ 'ਚ ਡਰ ਸੀਗਾ ਵੀ ਉਹਨਾਂ ਦਾ ਕੀ ਪਤਾ ਜਦੋਂ ਇੰਨਾ ਉਹ ਕਰਦੇ ਨੇ ਵੀ ਸਾਨੂੰ ਕੁਛ ਵੀ ਕਹਿ ਸਕਦੇ ਨੇ। ਸਾਨੂੰ ਹਾਰ ਕੇ ਧਮਕੀ ਵੀ ਦੇਤੀ ਸੀਗੀ ਘਰਦਿਆਂ ਨੇ ਬਈ ਤੁਹਾਨੂੰ ਮਾਰ ਦਿਆਂਗੇ ਅਸੀਂ, ਵੀ ਤੁਹਾਨੂੰ ਛੱਡਦੇ ਨਹੀਂ ਹੈਗੇ, ਤੁਸੀਂ ਰਹਿ ਪਓ। ਮੈਂ ਵੀ ਕਹਿਤਾ ਸੀਗਾ, ਅਸੀਂ ਕਹਿਤਾ ਵੀ ਕੋਈ ਗੱਲ ਨਹੀਂ ਮਾਰ ਦਿਓ, ਪਰ ਸਾਨੂੰ ਮਾਰੋਗੇ ਦੋਹਾਂ ਨੂੰ, ਇਕੱਠਿਆਂ ਨੂੰ ਮਾਰਿਓ, ਅਲੱਗ ਅਲੱਗ ਨਾ ਮਾਰਿਓ, ਠੀਕ ਹੈ। ਹਾਂ, ਮਾਰ ਦਿਓ, ਕਬਰ 1 ਅਤੇ ਲਾਸਾਂ 2 ਹੋਣ, ਸਾਨੂੰ ਅਲੱਗ ਅਲੱਗ ਨਾ ਮਾਰ ਦਿਓ, ਠੀਕ ਹੈ। ਨਹੀਂ ਦੁਨੀਆ ਪਿਆਰ ਦੇ ਵਿੱਚ ਦੇਖੋ ਕੀ ਕਹੂਗੀ, ਸਾਨੂੰ ਮਾਰਨਾ ਮਾਰ ਦਿਓ, ਕੋਈ ਗੱਲ ਨਹੀਂ, ਗੋਲੀ ਮਾਰ ਕੇ ਮਾਰ ਦਿਓ ਸਾਨੂੰ, ਪਰ ਇਕੱਠਿਆਂ ਨੂੰ ਮਾਰ ਦਿਓ, ਸਾਨੂੰ ਅਲੱਗ ਅਲੱਗ ਨਾ ਸਾਡਾ ਵਿਛੋੜਾ ਪਾਇਓ, ਰੱਬ ਦੇ ਘਰੇ ਜਾਣਾਗਾ। ਅਤੇ ਫਿਰ ਅਸੀਂ ਰਹਿਣ ਲੱਗ ਗਏ ਇਕੱਠੇ, ਸਾਨੂੰ 8 ਸਾਲ ਹੋ ਗਏ ਜੀ ਹੁਣ, ਠੀਕ ਹੈ, ਰਹਿੰਦਿਆਂ ਨੂੰ। ਹਾਂਜੀ ਤਮੰਨਾ ਜੀ, ਹਾਂਜੀ, ਇਹ ਬਾਈ ਦਿਲਬਰ ਹੈ ਨਾ? ਹਾਂਜੀ। ਅਤੇ ਤੁਹਾਨੂੰ ਵੀ ਪਤਾ ਵੀ ਜਿਹੜਾ ਆਪਣਾ ਸਮਾਜ ਆ ਹੈ ਨਾ, ਇਹ ਕਿੰਨਰਾਂ ਨੂੰ ਉਹਨਾਂ ਦੀ ਬਣਦੀ ਥਾਂ ਨਹੀਂ ਦਿੰਦਾ ਹੈ, ਅਤੇ ਕਿਵੇਂ ਉਹਨਾਂ ਨੂੰ ਵੱਖਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਨਾ, ਉਹਨਾਂ ਨੂੰ ਮਜ਼ਾਕ ਦੇ ਪਾਤਰ ਵੀ ਬਣਾਇਆ ਜਾਂਦਾ। ਅਤੇ ਬਾਈ ਨੇ ਤੁਹਾਨੂੰ ਆਪਦੇ ਦਿਲ 'ਚ ਥਾਂ ਦਿੱਤੀ ਹੈ ਨਾ, ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਦਰਸ਼ਕਾਂ ਨਾਲ ਮੈਂ ਦਿਲ ਤੋਂ ਤਮੰਨਾ ਬੋਲਦੀ ਨਮਸਕਾਰ ਕਹਿੰਦੀ ਹਾਂ ਜੀ। ਮੈਂ ਇਹਨਾਂ ਨੂੰ ਮਹਿਸੂਸ ਕਰਦੀ ਹਾਂ ਦਿਲਬਰ ਨੂੰ, ਜੋ ਮੈਨੂੰ ਆਪਣੇ ਦਿਲ ਤੋਂ ਇਹਨੇ ਜਗ੍ਹਾ ਦਿੱਤੀ ਹੈ ਜੀ। ਸਮਾਜ ਦੇ ਲੋਕ ਮੈਂ ਦੇਖਦਾ ਸਾਨੂੰ ਕਿੰਨਰ ਆ ਨੋ, ਮੈਂ ਬੜੀ ਕਰਮ ਵਾਲੀਆਂ, ਬੜੀ ਭਾਗਾਂ ਵਾਲੀਆਂ, ਜੇ ਇਹਨੇ ਮੈਨੂੰ ਆਪਣੇ ਦਿਲ 'ਚ ਜਗ੍ਹਾ ਦਿੱਤੀ, ਮੈਨੂੰ ਇੰਨਾ ਪਿਆਰ ਪੈ ਗਿਆ ਜੀ ਦਿਲ ਤੋਂ, ਇਹ ਵੀ ਮੈਨੂੰ ਬਹੁਤ ਪਿਆਰ ਕਰਦੇ ਦਿਲ ਤੋਂ ਜੀ। ਠੀਕ ਹੈ, 8 ਸਾਲ ਹੋ ਗਏ ਤੁਹਾਨੂੰ ਇਕੱਠੇ ਰਹਿਣ? ਹਾਂਜੀ। ਅਤੇ ਤੁਸੀਂ ਵਿਸ਼ਵਾਸ ਕਿਵੇਂ ਕਰ ਲਿਆ ਵੀ ਇੱਕ ਮੁੰਡਾ ਹੈ ਨਾ ਕਿਸੇ ਹੋਰ ਪਿੰਡ ਤੋਂ ਆਉਣਾ? ਹਾਂਜੀ। ਪਹਿਲਾਂ ਕੋਈ ਜਾਣ ਪਹਿਚਾਣ ਨਹੀਂ, ਚਲੋ ਜਾਣ ਪਹਿਚਾਣ ਨੂੰ, ਇੰਨਾ ਵਿਸ਼ਵਾਸ ਕਿਵੇਂ ਕਰ ਲਿਆ ਵੀ ਇਹ ਜਿਹੜਾ ਦਿਲਬਰ ਆ ਤੁਹਾਡੇ ਨਾਲ ਨਿਭਾਊਗਾ? ਇਹ ਨਾ ਸਾਡੇ ਨਾ ਪ੍ਰੋਗਰਾਮ ਸੀਗਾ ਸਾਡੇ ਸ਼ਹਿਰ 'ਚ ਜੀ, ਜਾਗਰਣ ਸੀਗਾ, ਸ਼ੋਭਾ ਯਾਤਰਾ ਸੀ, ਇਹ ਆਉਂਦਾ ਹੁੰਦਾ ਸੀਗਾ ਮੇਰੇ ਕੋਲ ਸਪੈਸ਼ਲ,
ਅਸੀਂ ਇਕੱਠੇ ਜਾਂਦੇ ਹੁੰਦੇ ਸੀ ਪ੍ਰੋਗਰਾਮ ਤੇ, ਜਦੋਂ ਮੈਨੂੰ ਪਤਾ ਲੱਗਿਆ ਕਿ ਮੈਨਾਂ ਜਦੋਂ ਇੱਕ ਫੋਨ ਕਰਦੇ ਜਦੀ ਆ ਜਾਂਦਾ, ਅਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ, ਜਾ ਜਾਣ ਇਕੱਠੇ ਮੈਂ ਜਾਗਰਣ ਮਿਲਾਉਂਦੀ ਹਾਂ, ਪ੍ਰੋਗਰਾਮ ਮਿਲਾਉਂਦੀ ਹਾਂ, ਜਿੱਥੇ ਮੈਂ ਇਹਨੂੰ ਬੁਲਾਉਂਦੀ ਹਾਂ ਉੱਥੇ ਆ ਜਾਂਦਾ, ਇੱਕ ਫੋਨ ਕਰਦੀ ਹਾਂ ਉਹਦੇ ਆ ਜਾਂਦਾ ਜੀ। ਮੈਨੂੰ ਉਦੋਂ ਇੰਨਾ ਵਿਸ਼ਵਾਸ ਹੋ ਗਿਆ ਕਿ ਮੈਨੂੰ ਖੇੜਾ ਛੱਡ ਨਹੀਂ ਸਕਦਾ ਕਿ ਅਸੀਂ ਇਕੱਠੇ ਰਵਾਂਗੇ। ਤੁਹਾਡਾ ਦਿਲ ਜਿੱਤ ਲੈਣਾ? ਹਾਂਜੀ, ਦਿਲ ਜਿੱਤ ਲਿਆ ਜੀ ਕਿ ਮੇਰੇ ਬਿਨਾਂ ਨਹੀਂ ਰਹਿ ਸਕਦਾ, ਮੇਰੇ ਬਿਨਾਂ ਨਹੀਂ ਰਹਿ ਸਕਦੀ। ਪ੍ਰੋਗਰਾਮ ਹੁੰਦਾ ਸੀ, ਮੈਂ ਉਹਦੇ ਫੋਨ ਕਰਦੀ ਸੀ, ਉਹਦੇ ਮੇਰੇ ਕੋਲ ਮਿੰਟ 'ਤੇ ਆ ਜਾਂਦਾ ਸੀਗਾ। ਫਿਰ ਅਸੀਂ ਨਾ ਰਹਿਣ ਲੱਗ ਗਏ ਸੀਗੇ ਰੈਂਟ 'ਤੇ, ਅਸੀਂ ਮਹੀਨਾ ਦੋ ਮਹੀਨਾ ਰੈਂਟ 'ਤੇ ਰਹੇ ਹਾਂ। ਆਪਣਾ ਘਰ ਬਾਰ ਸਾਰਾ ਕੁਝ ਛੱਡ ਕੇ ਆ ਗਈ ਸੀਗੀ, ਇਹਨੇ ਵੀ ਘਰ ਬਾਰ ਛੱਡਤਾ ਸੀਗਾ, ਮੈਂ ਵੀ ਘਰ ਬਾਰ ਛੱਡ ਕੇ, ਸਾਨੂੰ ਪਿਆਰ ਪੈ ਗਿਆ ਸੀ ਇੱਕ ਦੂਜੇ ਤੋਂ ਜੀ। ਅਸੀਂ ਮਹੀਨਾ ਦੋ ਮਹੀਨਾ ਰਹੇ ਹਾਂ ਬਸ, ਜਦੋਂ ਪਤਾ ਲੱਗ ਗਿਆ ਕਿ ਮੈਨੂੰ ਖੇੜਾ ਛੱਡ ਨਹੀਂ ਸਕਦਾ, ਫਿਰ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ। ਫਿਰ ਅਸੀਂ ਨਾ ਦਿਲ ਤੋਂ ਰਾਏ ਬਣਾ ਲਈ ਕਿ ਅਸੀਂ ਰਹਿਣਾ ਤਾਂ ਇਕੱਠੇ ਰਹਿਣਾ, ਕਿ ਅਸੀਂ ਅਲੱਗ ਅਲੱਗ ਰਹਿ ਨਹੀਂ ਸਕਦੇ, ਜੋ ਮਰਜ਼ੀ ਹੋ ਜਾਵੇ, ਚਾਹੇ ਦੁਨੀਆ ਉੱਧਰ ਅਤੇ ਉੱਧਰ ਹੋ ਜਾਵੇ, ਚਾਹੇ ਜੋ ਮਰਜ਼ੀ ਹੋ ਜਾਵੇ, ਅਸੀਂ ਇਕੱਠੇ ਰਹਿਣਾ। ਸਮਾਜ ਤਾਂ ਬਹੁਤ ਕੁਛ ਕਹਿ ਰਿਹਾ, ਬਹੁਤ ਕੁਛ ਕਹਿੰਦੇ ਨੇ, ਇਹ ਜਿਸਮਾਂ ਦਾ ਪਿਆਰ ਨਹੀਂ, ਰੂਹਾਂ ਦਾ ਪਿਆਰ। ਹਾਂਜੀ, ਰੂਹਾਂ ਦਾ ਪਿਆਰ ਹੈ ਜੀ, ਕਿਉਂਕਿ ਆਪਾਂ ਫਿਲਮਾਂ 'ਚ ਵੇਖਦੇ ਹਾਂ ਸਟੋਰੀਆਂ, ਅਤੇ ਅੱਜ ਵੱਖਰੀ ਸਟੋਰੀ ਹਰੇਕ ਲਿਖਦਾ ਵੀ ਵੱਖਰਾ ਲੈ ਕੇ ਆਏ ਹਾਂ, ਹੈ ਨਾ, ਵੱਖਰਾ ਤੁਹਾਨੂੰ ਵਿਖਾ ਰਹੇ ਹਾਂ, ਸੱਚੋ ਹੀ ਤੁਹਾਡੀ ਸਟੋਰੀ ਜਿਹੜੀ ਵੱਖਰੀ ਹੈ ਨਾ, ਕਿਉਂਕਿ ਇੱਕ ਅੱਜ ਕੱਲ੍ਹ ਲਵ ਸਟੋਰੀਆਂ ਆਪਾਂ ਸਾਰੇ ਦੇਖਦੇ ਹਾਂ ਨਾ, ਅਤੇ ਮੁੰਡੇ ਲਵ ਮੈਰਿਜਾਂ ਵੀ ਕਰਾ ਲੈਂਦੇ ਆ, ਕਿਸੇ ਦੀ ਸਾਲ ਚੱਲਦੀ ਹੈ, ਕਿਸੇ ਦੋ ਸਾਲ ਚੱਲਦੀ ਹੈ, ਚਾਰ ਸਾਲ ਚੱਲਦੀ ਆ, ਪਰ ਤੁਸੀਂ ਇੱਕ ਕਿੰਨਰ ਹੋਣ ਦੇ ਬਾਵਜੂਦ ਇਹ ਬਾਈ ਨੇ ਤੁਹਾਡੇ ਨਾਲ 8 ਸਾਲ ਨਿਭਾਏ ਨੇ, ਅਤੇ ਨਿਭੂ ਵੀ ਇਸ ਤਰ੍ਹਾਂ, ਕਿਉਂਕਿ ਤੁਸੀਂ ਇੱਕ ਦੂਜੇ ਨੂੰ ਜਾਣ ਲਿਆ ਹੈ ਨਾ, ਅਤੇ ਬਹੁਤ ਵਧੀਆ, ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਆ, ਅਤੇ ਇਸੇ ਤਰ੍ਹਾਂ ਹੀ ਜਿਹੜੀ ਤੁਹਾਡੀ ਜੋੜੀ ਹੈ ਸਲਾਮਤ ਰਹੇ। ਅਤੇ ਹੋਰ ਤਮੰਨਾ ਜੀ, ਤੁਹਾਨੂੰ ਮੇਰਾ ਇਹ ਸਵਾਲ ਆ ਵੀ ਜਦੋਂ ਘਰੇ ਕਿਸੇ ਦੇ ਬੱਚਾ ਹੁੰਦਾ ਹੈ ਨਾ, ਆਪਾਂ ਵੀ ਸਾਰਿਆਂ ਨੇ ਜਨਮ ਲਿਆ ਹੈ ਨਾ, ਹਰੇਕ ਮਾਂ ਪਿਓ ਨੂੰ ਬਹੁਤ ਖੁਸ਼ੀ ਹੁੰਦੀ ਹੈ ਨਾ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ। ਜਦੋਂ ਤੁਸੀਂ ਜਨਮ ਲਿਆ, ਕੀ ਤੁਹਾਡੇ ਮਾਂ ਬਾਪ ਨੂੰ ਜਾਂ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਵੀ ਤੁਸੀਂ ਕਿੰਨਰ ਹੋ? ਮੈਂ ਨਾ ਜਦੋਂ ਸਰ ਜੀ ਸਕੂਲ ਪੜ੍ਹਦੇ ਹੁੰਦੇ ਸੀ, ਮੁੰਡਾ ਸਕੂਲ 'ਚ ਨਾ 8ਵੀਂ ਕਲਾਸ 'ਚ ਪੜ੍ਹਦੇ ਹੁੰਦੇ ਸੀ, ਮੈਂ ਮੁੰਡੇ ਵੀ ਮੈਂ ਇਹਨਾਂ ਨੂੰ ਹੋਰ ਤਰ੍ਹਾਂ ਦੇਖਦੇ ਹੁੰਦੇ ਸੀ ਕਿ ਕੀ ਚੀਜ਼ ਆ, ਕਿ ਨਾ ਤਾਂ ਕੁੜੀਆਂ 'ਚ ਨਾ ਮੁੰਡੇ ਹੈ, ਕੀ ਚੀਜ਼ ਆ। ਮੈਨੂੰ ਨਾ ਇੱਕ ਦਿਨ ਨਾ ਬਾਥਰੂਮ ਜ਼ੋਰ ਪੈ ਗਿਆ ਜੀ, ਜੇ ਮੈਂ ਬਾਥਰੂਮ ਜਾਂਦੀ ਹਾਂ, ਮੁੰਡੇ ਤਾਂ ਖੜ ਕੇ ਕਰਦੇ ਹੁੰਦੇ ਸੀ, ਮੈਂ ਬੈ ਗਈ, ਜਾਂ ਮੁੰਡੇ ਚਲੇ ਜਾਂਦੇ ਫਿਰ ਮੈਂ ਨਾ ਲੁਕ ਕੇ ਬਾਥਰੂਮ ਕਰਦੇ ਹੁੰਦੇ ਸੀਗੇ ਬਾਥਰੂਮ। ਫਿਰ ਨਾ ਜਦੋਂ ਸਕੂਲੋਂ ਛੁੱਟੀ ਹੋ ਜਾਂਦੀ, ਮੈਂ ਘਰ ਆਉਂਦੀ ਹਾਂ ਜੀ, ਮੰਮਾ ਨੂੰ ਸਵਾਲ ਪੁੱਛਦੀ ਹਾਂ ਮੈਂ, ਮੰਮੀ ਕਹਿੰਦੇ ਕੀ ਹੋ ਗਿਆ ਤਮੰਨਾ, ਮੈਂ ਮੰਮੀ ਨੂੰ ਸਵਾਲ ਪੁੱਛਣ ਲੱਗ ਜਾਂਦੀ ਹਾਂ। ਮੰਮੀ ਕਹਿੰਦੇ ਮੈਂ ਬਾਥਰੂਮ ਜਾਂਦੀ ਹਾਂ, ਕਿ ਮੁੰਡੇ ਤਾਂ ਖੜ ਕੇ ਕਰਦੇ ਸੀ ਬਾਥਰੂਮ, ਮੈਂ ਬਹਿ ਕੇ ਕਰਦੀ ਸੀ। ਫਿਰ ਮੰਮੀ ਨੂੰ ਮੈਂ ਸਵਾਲ ਪੁੱਛ, ਮੰਮੀ ਮੈਨੂੰ ਫਿਰ ਨਾ ਮੰਮੀ ਨੇ ਰੋਕ ਕੇ ਮੈਨੂੰ ਦੱਸਣ ਲੱਗ ਜਾਂਦੀ ਹੌਲੀ ਹੌਲੀ ਗੱਲਾਂ। ਮੈਂ ਕਿਹਾ ਮੈਨੂੰ ਮੰਮੀ ਸੱਚੀ ਗੱਲ ਦੱਸੋ ਕਿ ਮੈਂ ਕੀ ਚੀਜ਼ ਹਾਂ। ਫਿਰ ਮੰਮੀ ਨੇ ਮੈਨੂੰ ਪੜਦਿਆਂ ਦੱਸਦੀ ਆ ਡੈਡੀ ਤੋਂ ਓਲਾ ਕਰਕੇ ਕਿ ਤਮੰਨਾ ਤੂੰ ਨਾ ਕਿੰਨਰ ਆ। ਮੈਂ ਕਿਹਾ ਮੈਂ ਕਿੰਨਰ ਆ, ਕਿ ਕਿੰਨਰ ਕੀ ਚੀਜ਼ ਹੁੰਦੀ ਆ? ਉਹ ਕਹਿੰਦੇ ਕੁੜੀਆਂ ਦੇ ਲੱਛਣ ਹੁੰਦੇ ਕਿੰਨਰ 'ਚ। ਫਿਰ ਨਾ ਬਸ ਜਾਂ ਮੰਮੀ ਦੱਸਦੀ ਆ, ਬਸ ਮੈਨੂੰ ਪਤਾ ਮੇਰੇ ਦਿਲ 'ਚ ਕੀ ਬੀਤਦੀ ਜੀ, ਕਿ ਮੈਂ ਕੀ ਚੀਜ਼ ਬਣਾ, ਜਾਂ ਤਾਂ ਮੇਰਾ ਰੱਬ ਮੁੰਡਾ ਬਣਾ ਦਿੰਦਾ ਜਾਂ ਮੈਨੂੰ ਕੁੜੀ ਬਣਾ ਦਿੰਦਾ, ਮੈਨੂੰ ਪਤਾ ਮੇਰੇ ਦਿਲ 'ਤੇ ਕੀ ਬੀਤਦੀ ਆ। ਜੇ ਮੈਨੂੰ ਮੇਰੀ ਮੰਮੀ ਦੱਸਦੀ ਤੂੰ ਕਿੰਨਰ ਆ, ਬਸ ਮੈਂ ਬਹੁਤ ਮਨ ਖਰਾਬ ਹੁੰਦਾ ਸੀ, ਮੈਂ ਆਪਣਾ ਦੁੱਖ ਦੱਸ ਨਹੀਂ ਸਕਦੀ। ਤੁਹਾਡੀ ਮੰਮਾ ਨੂੰ ਜਾਂਦੀ ਜਨਮ ਵੇਲੇ ਪਤਾ ਲੱਗ ਗਿਆ ਸੀ? ਹਾਂਜੀ, ਤੇ 8 ਸਾਲ ਉਹਨਾਂ ਨੇ ਲੁਕੋ ਰੱਖਿਆ ਨਾ ਤੁਹਾਡੇ ਕੋਲ, ਕਿਉਂਕਿ ਜਿਹੜਾ ਫਿਰ ਤੁਹਾਡਾ 8 ਸਾਲ ਦਾ ਬਚਪਨ ਸੀ ਹੈ ਨਾ, ਹਾਂਜੀ, ਉਹ ਕੋਈ ਯਾਦ ਤੁਹਾਨੂੰ ਮਹਿਸੂਸ ਤਾਂ ਹੁੰਦਾ ਹੋਊ ਇਸ ਤਰ੍ਹਾਂ ਦਾ ਵੀ ਮੈਂ ਆ ਮੁੰਡਿਆਂ ਵਰਗਾ ਨਹੀਂ ਹੈਗੀ ਹੈ ਨਾ, ਹਾਂਜੀ, ਤੇ ਮੇਰੇ 'ਚ ਜਿਹੜੀਆਂ ਆਦਤਾਂ ਉਹ ਕੁੜੀਆਂ ਵਾਲੀਆਂ, ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ? ਹਾਂਜੀ, ਮੈਨੂੰ ਮਹਿਸੂਸ ਹੋਣ ਲੱਗ ਜਾਵੇ ਮੰਮੀ ਨੇ ਰੋਟੀ ਬਣਾਉਣੀ ਜੀ, ਮੰਮੀ ਦੇ ਇੱਕ ਮੰਮੀ ਦੇ ਕੋਲ ਬਹਿ ਜਾਂਦੀ, ਮੈਂ ਵੀ ਆਟਾ ਗੁੰਨਣ ਲੱਗ ਜਾਂਦੀ ਸੀ ਹੌਲੀ ਹੌਲੀ, ਘਰ ਦੇ ਕੰਮ ਕਰਨ ਲੱਗ ਗਈ ਹੌਲੀ ਹੌਲੀ। ਫਿਰ ਮੈਨੂੰ ਪੈਂਟ ਸ਼ਰਟ ਪਸੰਦ ਨਹੀਂ ਸੀ, ਮੈਂ ਟੀ ਸ਼ਰਟ ਲੋਅਰ ਹੀ ਪਾਉਂਦੀ ਸੀ ਘਰੇ ਜੀ, ਮੈਨੂੰ ਪੈਂਟਾਂ ਸ਼ਰਟਾਂ ਵਧੀਆ ਲੱਗਦੀਆਂ ਸੀ, ਮੈਂ ਟੀ ਸ਼ਰਟ ਲੋਅਰ ਪਾਉਂਦੀ ਸੀਗੀ। ਫਿਰ ਮੰਮੀ ਜੋ ਮੈਂ ਘਰ ਦਾ ਕੰਮ ਕਰਦੀ ਸੀ, ਮੰਮੀ ਨੂੰ ਦੇਖ ਦੇਖ ਕੇ ਮੈਂ ਵੀ ਘਰ ਦਾ ਕੰਮ ਸਿੱਖ ਗਈ ਜੀ। ਫਿਰ ਮੰਮੀ ਕਹਿੰਦੀ ਤੂੰ ਸਾਡੀ ਧੀ ਆ, ਤੂੰ ਮੁੰਡਾ ਨਹੀਂ ਹੈਗੀ, ਧੀ ਆ ਸਾਡੀ। ਮੰਮੀ ਨੇ ਮੈਨੂੰ ਲੁਕੋ ਰੱਖਿਆ, ਮੇਰੇ ਡੈਡੀ ਨੇ ਮੈਂ ਲੁਕੋ ਰੱਖਿਆ, ਜੇ ਮੇਰੀ ਇੱਕ ਭਾਈ ਆ ਉਹ ਤਾਂ ਮੁੰਡਾ ਜੀ, ਇੱਕ ਮੇਰੀ ਭੈਣ ਆ ਉਹ ਕੁੜੀਆਂ ਪੂਰੀ ਕੁੜੀਆਂ ਜੀ। ਮੈਂ ਕਿੰਨਰਾਂ 'ਚ ਆ ਗਈ ਜੀ, ਜਦ ਮੈਂ ਕਿਤੇ ਕੋਈ ਮੇਲੇ 'ਤੇ ਜਾਣਾ, ਮੰਮੀ ਨੇ ਮੇਲੇ 'ਤੇ ਲੈ ਜਾਂਦੀ ਸੀ, ਮੰਮੀ ਕਹਿੰਦੀ ਤੂੰ ਖਿਲੋਣਾ ਨਹੀਂ ਲੈਂਦੀ, ਤੂੰ ਕਹਿੰਦੇ ਵੱਡੇ ਵੱਡੇ ਕਾਂਟਿਆਂ ਨੂੰ ਹੱਥ ਪਾਉਂਦੇ ਸੀ। ਮੰਮੀ ਨੇ ਮੈਨੂੰ ਸਾਰਾ ਕੁਝ ਦੱਸਿਆ, ਕਹਿੰਦੇ ਤੈਨੂੰ ਕਾਂਟੇ ਪਸੰਦ ਸੀ, ਤੈਨੂੰ ਗਹਿਣੇ ਪਸੰਦ ਸੀ, ਕਹਿੰਦੇ ਤੂੰ ਜਦ ਤੈਨੂੰ ਮੇਲੇ 'ਤੇ ਲੈ ਦੇ, ਕਹਿੰਦੇ ਤੂੰ ਕਾਂ ਝੁਮਕੇ ਨੂੰ ਹੱਥ ਪਾਉਂਦੇ ਸੀ, ਕਿ ਮੰਮੀ ਨੂੰ ਬੜੇ ਬੜੇ ਝੁਮਕੇ ਦਵਾ। ਅਤੇ ਮੰਮੀ ਜਦ ਝੁਮਕਾ ਨਹੀਂ ਦਵਾਉਂਦੇ ਸੀ, ਮੈਂ ਉੱਥੇ ਰੋਣ ਲੱਗਦੀ ਸੀ, ਮੰਮੀ ਮੇਰੇ ਝੁਮਕੇ ਲੈਣੇ ਆ ਜੀ। ਮੰਮੀ ਕਹਿੰਦੇ ਤੂੰ ਝੁਮਕੇ ਕਰਨੇ, ਮੈਂ ਕਿਹਾ ਮੈਨੂੰ ਝੁਮਕੇ ਵਧੀਆ ਲੱਗਦੇ ਨੇ, ਅਤੇ ਮੰਮੀ ਨੇ ਮੈਨੂੰ ਝੁਮਕੇ ਵੀ ਦਵਾ ਦਿੰਦੇ, ਗਹਿਣੇ ਵੀ ਦਵਾ ਦਿੰਦੇ, ਸਾਰਾ ਕੁਛ ਮੈਨੂੰ ਕੁੜੀਆਂ ਦਾ ਸਮਾਨ ਦਵਾ ਦਿੰਦੇ ਸੀਗੇ ਹੌਲੀ ਹੌਲੀ।
ਫਿਰ ਮੈਂ ਘਰੇ ਆ ਕੇ ਤਿਆਰ ਹੋਣ ਲੱਗ ਗਈ ਸੀ, ਗਹਿਣੇ ਪਾਉਣ ਲੱਗ ਗਈ, ਹੌਲੀ ਹੌਲੀ ਸ਼ੌਕ ਬਸ ਵਧੀ ਗਿਆ ਜੀ, ਮੇਰਾ ਘਟਿਆ ਨਹੀਂ ਹੈਗਾ ਜੀ। ਉਹ ਤਾਂ ਠੀਕ ਹੈ ਵੀ ਤੁਹਾਡਾ ਜਿਹੜਾ ਸਾਰਾ ਨਜ਼ਰੀਆ ਸੀ ਉੱਧਰ ਨੂੰ ਜਾਣ ਲੱਗ ਗਿਆ ਨਾ, ਹਾਂਜੀ, ਪਰ ਜਦੋਂ ਤੁਹਾਨੂੰ ਇਹ ਮਹਿਸੂਸ ਪਤਾ ਲੱਗਿਆ ਵੀ ਮੈਂ ਇੱਕ ਕਿੰਨਰ ਹਾਂ, ਹਾਂਜੀ, ਉਦੋਂ ਫਿਰ ਐਂ ਕੁਛ ਮਹਿਸੂਸ ਨਹੀਂ ਹੋਇਆ ਦਿਲ 'ਤੇ? ਹਾਂਜੀ, ਮਹਿਸੂਸ ਜਿਹੜੇ ਹੋਇਆ ਜੀ ਕਿ ਰਿਸ਼ਤੇਦਾਰ ਕੀ ਕਹਿਣਗੇ, ਕਿ ਮੇਰੇ ਭੈਣ ਭਰਾ ਕੀ ਕਹਿਣਗੇ ਕਿ ਵੀ ਕਿੰਨਰ ਨਿਕਲੀ ਹੈ। ਤੁਸੀਂ ਮੈਂ ਮਨ 'ਚ ਬਹੁਤ ਬਸ ਤੁਹਾਨੂੰ ਦੱਸ ਨਹੀਂ ਸਕਦੀ ਜੀ, ਜੇ ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਦਿਲ 'ਤੇ ਮੈਂ ਪੱਥਰ ਰੱਖਿਆ ਜੀ ਕਿ ਮੈਂ ਵੀ ਕਿੰਨਰ ਆ, ਜਾਂ ਤਾਂ ਰੱਬ ਮੈਨੂੰ ਪੂਰਾ ਕੁੜੀ ਬਣਾ ਦਿੰਦਾ ਜਾਂ ਮੁੰਡਾ ਬਣਾ ਦਿੰਦਾ, ਕਿ ਮੈਨੂੰ ਅੱਧ ਵਿਚਾਲੇ ਘਿਓ ਬਣਾ ਦਿੱਤਾ। ਮੈਂ ਬਸ ਰੱਬ ਨੂੰ ਗਿਲਵਾ ਸ਼ਿਕਾ ਕਰਦੀ ਹਾਂ ਕਿ ਅਗਲਾ ਜਨਮ 'ਚ ਮੈਨੂੰ ਬਸ ਕੁੜੀ ਬਣਾ ਦੇ, ਕਿ ਕਿੰਨਾ ਨਾ ਬਣਾਏ, ਕਿ ਮੈਂ ਕਿਸੇ ਘਰ ਦੀ ਬਹੂ ਤਾਂ ਬਣ ਜੂੰਗੀ, ਕਿੰਨਾ ਮੈਂ ਇੱਧਰ ਦੇ ਮੈਂ ਉੱਤਰ ਲਈ, ਕਿ ਅੱਧ ਵਿਚਾਲੇ ਰੱਬ ਨਾ ਬਣਾ ਦੇ। ਅਤੇ ਹੋਰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਤਾਂ ਬਹੁਤ ਆਉਂਦੀਆਂ ਜੀ, ਜਦ ਮੈਂ ਬਾਜ਼ਾਰ ਜਾਂਦੀ ਹਾਂ, ਤੁਹਾਨੂੰ ਪਤਾ ਅੱਜ ਸਮਾਜ ਕਿਵੇਂ ਦੇਖਦੇ ਆ ਨਜ਼ਰ ਨਾਲ, ਕਿ ਮੁੰਡੇ ਕੁੜੇ ਕੀ ਚੀਜ਼ ਆ, ਕਹਿੰਦੇ ਤੁਰਦੀ ਆ, ਦੇਖ ਲਓ ਕੁੜੀਆਂ ਵਾਂਗੂ ਤੁਰਦੀ ਆ, ਕੱਪੜੇ ਵੀ ਇਹਨੇ ਕੁੜੀਆਂ ਵਾਂਗੂ ਪਾਉਣੇ, ਤੁਹਾਨੂੰ ਪਤਾ ਸਮਾਜ ਸਾਨੂੰ ਜੀਣ ਨਹੀਂ ਦਿੰਦਾ ਜੀ ਇਸ ਲਾਈਨ 'ਚ ਜੀ। ਬਸ ਮੈਂ ਆਪਣਾ ਦੁੱਖ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ, ਦੁੱਖ ਬਹੁਤ ਘੱਟ ਨੇ ਜੀ ਆਪਣੀ ਲਾਈਫ 'ਚ। ਜਦੋਂ ਮੈਂ ਘਰ ਰਹਿੰਦੀ ਹੁੰਦੀ ਸੀ ਨਾ, ਜਦ ਮੈਂ ਜਵਾਨ ਹੋਈ ਜੀ, ਮੰਮੀ ਨੂੰ ਨਾ ਮੈਂ ਆਪਣਾ ਦੁੱਖ ਦੱਸ ਸਕਦੀ ਸੀ, ਮੰਮੀ ਮੇਰਾ ਦੁੱਖ ਸਮਝ ਸਕਦੀ ਸੀਗੀ। ਮੇਰੀ ਨਾ ਮੰਮੀ ਦੀ ਡੈਥ ਹੋ ਗਈ ਸੀਗੀ, ਮੇਰੇ ਭੈਣ ਪੜ੍ਹਦੀ ਹੁੰਦੀ ਸੀ 10ਵੀਂ ਕਲਾਸ 'ਚ, ਮੰਮੀ ਨਾ ਘਰੇ ਕੱਪੜੇ ਧੋਂਦੀ ਸੀਗੀ, ਕੱਪੜੇ ਧੋਂਦੇ ਧੋਂਦੇ ਕੋਠੇ ਚੜ੍ਹ ਗਈ, ਕੱਪੜਾ ਜਦੋਂ ਪਾ ਲੈਂਦੇ ਕਰੰਟ ਲੱਗ ਜਾਂਦਾ। ਫਿਰ ਜਦੋਂ ਮੇਰੀ ਭੈਣ ਆਉਂਦੀ ਹੈ ਸਕੂਲੋਂ ਪੜ੍ਹ ਕੇ, ਉਦੋਂ ਮੈਂ ਆ ਜਾਂਦੀ ਹਾਂ, ਅਸੀਂ ਨਾ ਇੱਕ ਵਾਰ ਆ ਜਾਂਦੇ ਕੀ ਹੋ ਗਿਆ, ਸਾਡੇ ਨਾ ਸਾਰੇ ਘਰ ਦੇ ਵਿੱਚ ਕਰੰਟ ਆ ਜਾਂਦਾ ਸਰ ਜੀ। ਬਸ ਜਦੋਂ ਕਰੰਟ ਲੱਗਦਾ ਉਦੋਂ ਮੇਰਾ ਹੱਥ ਪੈਰ ਕੰਮ ਲਾ ਦਿਆ ਕਿ ਮੇਰੀ ਮੰਮੀ ਨੂੰ ਕੀ ਹੋ ਗਿਆ, ਉਹਦਾ ਟੈਨਸ਼ਨ ਬਹੁਤ ਹੋ ਜਾਂਦੇ। ਮੈਂ ਜਦੋਂ ਮੇਰੀ ਮੰਮੀ ਦੀ ਡੈਥ ਹੋ ਜਾਂਦੀ ਆ ਕਿ ਸਾਨੂੰ ਕੌਣ ਸਾਂਭੂਗਾ, ਅਸੀਂ ਤਿੰਨ ਭੈਣ ਭਾਈ ਹਾਂ, ਕੌਣ ਸਾਂਭੂਗਾ, ਬਹੁਤ ਵੱਡੀ ਮੈਂ ਟੈਨਸ਼ਨ ਲੈ ਲੈਂਦੀ ਸਰ ਜੀ। ਤਾਂ ਮੇਰੀ ਮੰਮੀ ਹੁੰਦੀ ਕੀ ਪਤਾ ਮੈਂ ਲੈਣ 'ਚ ਨਾ ਹੁੰਦੀ, ਉਹ ਇਹ ਦੁੱਖ ਸਮਝ ਸਕਦੀ। ਤਿਉਹਾਰ 'ਤੇ ਮੰਮੀ ਡੈਡੀ ਦੇ ਜਿਵੇਂ ਕੋਈ ਤਿਉਹਾਰ ਆਉਂਦਾ, ਜਿਵੇਂ ਦੁਸਹਿਰਾ ਆ ਗਿਆ, ਦੀਵਾਲੀ, ਮਾਂ ਬਾਪ ਦੇ ਬਹੁਤ ਜ਼ਿਆਦਾ ਆਉਂਦੇ ਆ ਜੀ, ਫਿਰ ਵੀ ਘਰ ਦੀ ਯਾਦ ਬਹੁਤ ਆਉਂਦੇ ਆ ਜੀ। ਜਿੱਥੇ ਮੈਂ ਜੰਮੀ ਪਲੀ ਵੱਡੀ ਹੋਏ, ਇੱਕ ਲੱਖ ਤਾਂ ਘਰ ਛੱਡਣਾ ਬੜਾ ਔਖਾ ਸਰ ਜੀ। ਰਿਸ਼ਤੇਦਾਰ ਵੀ ਨਹੀਂ ਪੁੱਛਦੇ ਹੈਗੇ, ਜੋ ਕਮਾਨੀ ਆ ਬਸ ਉਹੀ ਖਾਂਦੀ ਆ, ਪ੍ਰੋਗਰਾਮ ਆ ਗਿਆ ਤਾਂ ਲਿਆਤਾ ਸਮਾਨ, ਨਾ ਆਇਆ ਬਸ ਨਾ ਲਿਆਤਾ ਸਰ ਜੀ। ਫਿਰ ਮੇਰੇ ਸਿਰ 'ਤੇ ਬੋਝ ਪੈ ਗਿਆ ਕਿ ਮੇਰੀ ਇੱਕ ਭੈਣ ਬੈਠੀ ਹੈ, ਇੱਕ ਮੇਰਾ ਭਾਈ ਬੈਠਾ, ਕਿ ਮੈਂ ਇਹਨਾਂ ਦਾ ਵਿਆਹ ਕਿਵੇਂ ਕਰੂੰਗੀ। ਫਿਰ ਨਾ ਮੈਨੇ ਕਦਮ ਚੱਕ ਲਿਆ, ਇੱਕ ਨਾ ਮੈਨੂੰ ਕਹੇ ਮੇਰੇ ਫਰੈਂਡ ਆਏ, ਕਹਿੰਦੇ ਤਾਂ ਮੰਨਤ ਪ੍ਰੋਗਰਾਮ ਲਾਇਆ ਕਰ ਘਰੇ ਬੱਲੇ ਵੀ ਕੀ ਕਰੇਂਗੀ। ਹੌਲੀ ਹੌਲੀ ਮੈਂ ਨਾ ਜਗਰਾਤੇ 'ਚ ਜਾਣ ਲੱਗ ਗਈ, ਜਗਰਾਤੇ 'ਤੇ ਮੈਂ ਇੰਨੀ ਮਸ਼ਹੂਰ ਹੋ ਗਈ, ਨੰਬਰ 1 ਆ ਗਈ ਜੀ ਮੈਂ ਜਗਰਾਤਿਆਂ 'ਚ, ਨਾਭਾ ਪਟਿਆਲਾ ਜਿੱਥੇ ਵੀ ਜਾਂਦੀ ਸਾਰੇ ਕਿਤੇ ਨੰਬਰ 1 ਸੀਗੇ ਮੇਰੇ 'ਚ। ਰੱਬ ਨੇ ਪਤਾ ਕ੍ਰਿਸ਼ਨ ਦੀ ਮੈਂ ਝਾਕੀ ਕਰਦੇ ਅਤੇ ਕੁਦਰਤ ਵੱਲੋਂ ਨਾ ਮੈਨੂੰ ਵਰਦਾਨ ਸੀਗਾ, ਮੈਂ ਕ੍ਰਿਸ਼ਨ ਵਾਂਗੂ ਲਾਈਫ 'ਚ ਰਾਸ ਲੀਲਾ ਪਾਣੀ, ਸਾਰੇ ਜਿੱਥੇ ਮੈਂ ਜਾਂਦੇ ਸੀ ਨਾ ਪ੍ਰੋਗਰਾਮ ਮੇਰਾ ਇੰਨਾ ਵਧੀਆ ਹੁੰਦਾ ਸੀ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜੀ। ਫਿਰ ਮੈਂ ਥੋੜ੍ਹੇ ਥੋੜ੍ਹੇ ਪੈਸੇ ਜੋੜਦੀ ਗਈ ਜੋੜਦੀ ਗਈ, ਮੈਨੇ ਮੇਰੇ ਭੈਣ ਦੀ ਉਮਰ 17 ਸਾਲ ਦੀ ਹੋ ਗਈ, ਉਹਨੇ 10 ਪੜ੍ਹਾਤਾ ਸੀਗਾ, ਅਤੇ ਜਦ ਮੰਮੀ ਦੀ ਡੈਥ ਹੋ ਗਈ ਫਿਰ ਮੈਂ ਮੈਰਿਜ ਕਰਤੀ ਜੀ ਭੈਣ ਦੀ। ਅੱਛਾ, ਵੱਡੀ ਤੁਸੀਂ ਸੀ? ਹਾਂ, ਵੱਡੀ ਮੈਂ ਸੀ ਜੀ, ਮੇਰੀ ਭੈਣ 17 ਸਾਲ ਦੀ ਸੀ। ਫਿਰ ਮੈਂ ਕਿਹਾ, ਮੇਰੇ ਡੈਡੀ ਦਾਰੂ ਪੀਂਦੇ ਸੀ, ਡਰਿੰਕ ਕਰਦੇ ਸੀਗੇ, ਕਿ ਡਰਿੰਕ ਵਾਲੇ ਬੰਦੇ ਨੂੰ ਰਹਿਣਾ ਕਿੰਨਾ ਔਖਾ ਘਰ 'ਚ। ਫਿਰ ਸਿਸਟਰ ਵਿਆਹ ਕਰਤਾ ਸੀ ਜੀ ਪੈਸੇ ਜੋੜ ਕੇ, ਬਾਕੀ ਰਿਸ਼ਤੇਦਾਰਾਂ ਨੇ ਮਦਦ ਕਰੀ ਥੋੜ੍ਹੀ ਬਹੁਤੀ, ਕੁਛ ਮੈਂ ਕਰੀ। ਫਿਰ ਭਾਈ ਦੀ ਮੈਰਿਜ ਕਰਤੀ, ਜੇ ਭਾਈ ਦੀ ਮੈਰਿਜ ਕਰਤੀ ਜਦੋਂ ਮੇਰੇ ਦਿਲ ਭਰ ਰਹੇ ਜਾਣ ਮੇਰੀ ਲਾਈਫ 'ਚ ਆਇਆ, ਫਿਰ ਮੈਨੂੰ ਘਰ ਛੱਡਣਾ ਪੈ ਗਿਆ। ਮੈਨੂੰ ਪਤਾ ਲੱਗ ਗਿਆ ਕਿ ਜਦੋਂ ਮੈਂ ਆਪਣੇ ਭਾਈ ਦਾ ਵਿਆਹ ਕਰਤਾ, ਭਰਜਾਈ 'ਚ ਭਾਈ 'ਚ ਰਹਿਣਾ ਬੜਾ ਔਖਾ ਜੀ। ਹਾਂਜੀ ਹਾਂਜੀ, ਫਿਰ ਮੈਂ ਆਪਣਾ ਘਰ ਬਾਰ ਛੱਡ ਕੇ ਨਾ ਮੈਂ ਕਿਰਾਏ 'ਤੇ ਰਹਿਣ ਲੱਗ ਗਈ ਸੀਗੀ, ਜਦੋਂ ਇਹ ਮੇਰੇ ਦਿਲ 'ਚ ਆ ਗਿਆ। ਜਦੋਂ ਦਿਲਬਰ ਤੁਹਾਨੂੰ ਬਾਅਦ 'ਚ ਮਿਲਿਆ, ਜਦੋਂ ਬ੍ਰਦਰ ਦੀ ਮੈਰਿਜ ਹੋ ਗਈ? ਹਾਂਜੀ ਮੈਰਿਜ ਹੋ ਗਈ। ਹਾਂਜੀ, ਉਸ ਤੋਂ ਬਾਅਦ ਤੁਹਾਡੀ ਲਾਈਫ 'ਚ? ਹਾਂਜੀ, ਬਾਅਦ 'ਚ ਆਇਆ ਜੀ ਲਾਈਫ, ਉਸ ਤੋਂ ਬਾਅਦ 'ਚ ਫਿਰ ਆਏ। ਹਾਂਜੀ ਇਹ ਜੀ, ਜੇ ਮੈਂ ਨਾ ਮੰਨ ਲਓ ਕਿਸੇ ਔਰਤ ਨਾਲ ਲੇਡੀਜ਼ ਨਾਲ ਵਿਆਹ ਕਰਾ ਲੈਂਦਾ, ਜੇ ਮੇਰੀ ਮੈਰਿਜ ਹੋ ਜਾਂਦੀ, ਜਿੰਨਾ ਮੈਂ ਇਹਨਾਂ ਨਾਲ ਖੁਸ਼ ਹਾਂ ਮੈਂ ਖੁਸ਼ ਨਹੀਂ ਰਹਿ ਸਕਦਾ ਸੀਗਾ ਉਹਨਾਂ। ਠੀਕ, ਇਹਨਾਂ ਨਾਲ ਮੈਨੂੰ ਖੁਸ਼ੀ ਮਿਲੀ ਆ ਨਾ, ਮੈਂ ਖੁਸ਼ ਨਹੀਂ ਰਹਿ ਸਕਦਾ ਸੀਗਾ। ਅੱਜ ਅਸੀਂ ਆਪਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂਗੇ, ਆਪਦੀ ਲਾਈਫ ਤੋਂ ਬਹੁਤ ਜੀ ਰਹੇ ਹਾਂਗੇ। ਕੋਈ ਗੱਲ ਨਹੀਂ, ਦੁਨੀਆ ਨਹੀਂ ਜੀਣ ਦਿੰਦੀ ਨਾ ਦੇ ਜੀਣ ਦੇਵੇ, ਬਹੁਤ ਕੁਛ ਕਹਿੰਦੇ ਆ ਪੰਜੇ ਉਂਗਲ ਇੱਕ ਸਾਰ ਨਹੀਂ ਹੁੰਦੀਆਂ ਨੇ। ਇੱਕ ਗੱਲ ਹੋਰ ਵੀ ਹੈ ਬਾਈ, ਹੁਣ ਤੁਸੀਂ ਐਡੇ ਵੱਡੇ ਸ਼ਹਿਰ 'ਚ ਰਹਿੰਦੇ ਹੋ ਨਾ, ਹਾਂਜੀ, ਖਰਚੇ ਵੀ ਬਹੁਤ ਹੁੰਦੇ ਆ ਨਾ, ਅਤੇ ਕਿਰਾਏ 'ਤੇ ਬੈਠੇ ਹੋ ਨਾ, ਹਾਂਜੀ, ਅਤੇ ਫਿਰ ਖਰਚੇ ਪਾਣੀ ਦਾ ਪ੍ਰਬੰਧ ਕਿੱਥੋਂ ਹੁੰਦਾ? ਖਰਚੇ ਤਾਂ ਐਂ ਜੀ, ਬਸ ਪ੍ਰੋਗਰਾਮ ਲਾਉਂਦੀ ਆ, ਜਿਵੇਂ ਜੱਗ ਵੀ ਲਾ ਲੈਂਦੀ ਹਾਂ, ਜਗਰਾਤੇ ਵੀ ਲਾ ਲਈਆਂ, ਸ਼ੋਭਾ ਤਰੇ ਜੋ ਕੰਮ ਆਉਂਦਾ ਧਾਰਮਿਕ ਮੈਂ ਲਾ ਲੈਂਦੀ ਨੀ। ਤੁਹਾਨੂੰ ਪਤਾ ਪੇਮੈਂਟ ਤਾਂ ਜਿੰਨੀ ਅਸੀਂ ਮੰਗਦੇ ਉਨੀ ਮਿਲਦੇ ਨਹੀਂ ਪੂਰੀ, ਕਦੇ ਪੇਮੈਂਟ ਮੈਨੂੰ ਕਦੇ 1000 ਦੇਣਾ, ਕਦੇ 1500, ਕਦੇ 2000,
ਜਦੋਂ ਸਾਡੇ ਨਾ ਲਾਈਫ 'ਚ ਥੋੜ੍ਹਾ ਟਾਈਮ ਲੋਕਡਾਊਨ ਲੱਗ ਗਿਆ ਸੀਗਾ, ਲੋਕਡਾਊਨ ਦੇਖ ਲਓ 2 ਸਾਲ ਲੱਗ ਗਏ ਲੋਕਡਾਊਨ, ਘਰ ਕੁਦਰਤੀ ਪੈਸੇ ਵੀ ਨਹੀਂ ਹੈਗੇ ਸੀ ਜੀ, ਤੁਹਾਨੂੰ ਪਤਾ ਸੀ ਕਿਵੇਂ ਟਾਈਮ ਲੰਘਾਇਆ। ਪਹਿਲਾਂ ਕੋਈ ਸਰਕਾਰ ਆਈ ਸੀ, ਪਤਾ ਨਹੀਂ ਸਾਨੂੰ ਰਾਸ਼ਨ ਦੇ ਗਈ ਸੀ, ਚੱਲ ਸਾਡੇ ਮਹੀਨਾ 2 ਮਹੀਨੇ ਲੰਘ ਸੀ, ਮਹੀਨਾ 2 ਮਹੀਨੇ ਲੰਘ ਸੀ, ਅੱਗੇ ਅਸੀਂ ਕਿਵੇਂ ਟਾਈਮ ਲੰਘਾਉਂਦੇ ਜੀ। ਫਿਰ ਨਾ ਮੈਂ ਕੰਮ 'ਤੇ ਕਿਤੇ ਜਾਣ ਲੱਗ ਗਈ ਸੀਗੀ, ਕਿਸੇ ਨੂੰ ਤਿਆਰ ਕਰਨਾ, ਉਹ ਮੈਨੂੰ ਪੈਸੇ ਦੇ ਦੇਣੇ, ਸਾਡਾ ਸਰਗਰਾ ਚੱਲੀ ਜਾਂਦਾ ਸੀ ਰੱਬ ਦੀ ਕਿਰਪਾ ਨਾਲ ਜੀ। ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਕਦੇ ਇਹੋ ਜਿਹਾ ਟਾਈਮ ਵੀ ਆ ਜਾਂਦਾ ਸੀ, ਅਸੀਂ ਕਿਸੇ ਨੂੰ ਦੁੱਖ ਨਹੀਂ ਦੱਸ ਸਕਦੇ ਸੀ, ਕਿਸੇ ਨੂੰ ਕਹਿੰਦੇ ਨਹੀਂ ਹੈਗੇ ਵੀ ਅਸੀਂ ਕਿਸੇ ਤੋਂ ਮੰਗਦੇ ਨਹੀਂ ਹੈਗੇ। ਕਈ ਵਾਰੀ ਐਸਾ ਟਾਈਮ ਵੀ ਆ ਗਿਆ ਸੀ, ਅਸੀਂ ਚਾਰ ਨਾਲ ਰੋਟੀ ਨੂਨ ਨਾਲ ਖਾਧੀ ਆ ਗਈ, ਵੀ ਐਸਾ ਟਾਈਮ ਆ ਗਿਆ ਸੀਗਾ। ਅੱਛਾ, ਤੁਸੀਂ ਆਪਦਾ ਗਰੁੱਪ ਬਣਾਇਆ ਹੋਇਆ ਕੋਈ? ਹਾਂਜੀ ਗਰੁੱਪ, ਹਾਂਜੀ ਸਾਡਾ ਆਪਣਾ ਗਰੁੱਪ ਬਣਾਇਆ ਹੋਇਆ, ਬਣਾਏ ਹੋਣਗੇ। ਹਾਂਜੀ ਦਿਓ ਕਾਰਡ, ਤੁਹਾਡਾ ਕਿਹੜਾ ਗਾ? ਹਾਂਜੀ ਅੱਛਾ, ਉਹ ਵੀ ਦੇ। ਅੱਛਾ, ਇਹ ਦੋਨੇ ਤੁਹਾਡੇ ਗਰੁੱਪ ਚੱਲ ਰਹੇ? ਹਾਂਜੀ, ਇਹਦੇ ਨਾਲ ਤੁਹਾਡਾ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਹੈ ਨਾ? ਹਾਂਜੀ, ਪੰਜਾਬੀ ਲੋਕ ਨਾਚ ਸਾਡਾ ਗਰੁੱਪ ਆ ਜੀ। ਠੀਕ ਹੈ, ਵਿਆਹ ਸ਼ਾਦੀ ਜਾਗੋ ਇਹ ਚੱਲ ਰਿਹਾ ਸਾਡਾ, ਕੋਈ ਲੇਡੀ ਸੰਗੀਤ ਹੁੰਦਾ ਗਾ ਉੱਥੇ ਜਾਂਦੇ ਹਾਂ ਜੀ, ਬਸ ਇਹੀ ਗੁਜ਼ਾਰਾ ਗਾ ਸਾਡਾ। ਕੋਈ ਬਹੁਤ ਬੰਦੇ ਹੁੰਦੇ ਨੇ, ਕੋਈ ਆਊਗਾ ਰੱਬ ਦਾ ਬੰਦਾ ਸਾਡੀ ਬਾਂਹ ਫੜੂਗਾ ਆ ਕੇ ਵੀ ਚਲੋ ਤੁਹਾਨੂੰ ਕਿਰਾਏ ਤੋਂ ਅਸੀਂ ਦੂਰ ਤੁਹਾਡਾ ਮਕਾਨ ਪਾ ਦਿੰਦੇ ਹਾਂ, ਤੁਹਾਡਾ ਕਮਰਾ ਪਾ ਦਿੰਦੇ ਹਾਂ। ਇੱਕ ਹੋਰ ਆ ਜੀ, ਮੈਨੂੰ ਵੀ ਬਹੁਤ ਵੱਡੀ ਪ੍ਰੋਬਲਮ, ਮੇਰੇ ਸਿਰ ਦੀ ਪ੍ਰੋਬਲਮ। ਅੱਛਾ, ਇਹਨਾਂ ਖਾਤਰ ਮੈਂ ਨਾ ਜਾਣ ਵੀ ਲੱਗ ਗਿਆ ਸੀਗਾ, ਮੈਂ ਲੇਬਰ ਚੌਂਕ 'ਚ ਵੀ ਜਾਣ ਲੱਗ ਗਿਆ ਸੀ। ਦੇਖੋ ਸਾਡਾ ਪਿਆਰ ਪੈ ਗਿਆ ਵੀ ਅਸੀਂ ਰਹਿਣੇ ਇਕੱਠਿਆਂ ਨੇ, ਹੁਣ ਕੁਛ ਕਰੀਏ ਕਦਮ ਚੱਕੀਏ, ਪਰ ਮੈਨੂੰ ਪ੍ਰੋਬਲਮ ਜਾਂ ਜਦੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ, ਨਾ ਤਾਂ ਮੈਂ ਕੋਈ ਜ਼ਿਆਦਾ ਸ਼ੋਰ ਸ਼ਰਾਬਾ ਚੱਲ ਸਕਦਾ, ਉੱਧਰੋਂ ਗਰਮੀ ਹੋ ਜਾਂਦੀ ਹੈਗੀ, ਮੈਨੂੰ ਦੌਰਾ ਪੈਣ ਲੱਗ ਗਿਆ ਸੀਗਾ। ਠੀਕ ਹੈ, 1 ਸਾਲ ਬਾਅਦ ਮੈਨੂੰ ਦੌਰਾ ਪੈਂਦਾ ਗਾ, ਜਦੋਂ ਪੂਰਾ ਗਰਮੀ ਹੋਵੇ, ਉੱਧਰੋਂ ਕੋਈ ਸਾਜ ਵੱਜਦੇ ਹੋਣ ਜਾਂ ਸਿਰ 'ਚ ਵੱਜਣ, ਬਸ ਉਦੋਂ ਬਾਅਦ ਮੈਨੂੰ ਪਤਾ ਨਹੀਂ ਲੱਗਦਾ। ਇੱਕ ਵਾਰੀ ਮੈਂ ਵਿਆਹ ਦੇ ਵਿੱਚ ਗਿਰ ਗਿਆ, ਅਸੀਂ ਪ੍ਰੋਗਰਾਮ ਲਾਉਣ ਗਏ ਨਾ, ਉੱਥੇ ਬਾਹਲਾ ਹੋ ਗਿਆ ਸਿਰ ਦੇ ਵਿੱਚ, ਹੋ ਗਿਆ ਗਿਰ ਗਿਆ, ਉਹਦਾ ਕਰਕੇ ਮੈਂ ਹੁਣ ਦਿਹਾੜੀ ਵੀ ਨਹੀਂ, ਕਿਤੇ ਹੋਰ ਕੰਮ ਵੀ ਨਹੀਂ ਕਰ ਸਕਦਾ, ਮੇਰੇ ਸਿਰ ਦਾ ਕੰਮ ਥੋੜ੍ਹਾ ਜਿਹਾ ਹੋਇਆ ਗਾ। ਠੀਕ ਆ, ਬਹੁਤ ਬੰਦੇ ਹੁੰਦੇ ਨੇ, ਕੋਈ ਆਊਗਾ ਰੱਬ ਦਾ ਬੰਦਾ ਸਾਡੀ ਬਾਂਹ ਫੜੂਗਾ, ਬਹੁਤ ਬੈਠੇ ਨੇ ਮੇਰੇ ਵੀਰ ਭਰਾ। ਜ਼ਰੂਰ ਜ਼ਰੂਰ, ਬਾਕੀ ਐਂ ਨਾ ਤੁਹਾਡੇ 'ਚ ਕਲਾ ਹੈਗੀ ਆ। ਹਾਂਜੀ, ਜਿਹੜੇ ਬੰਦੇ ਕੋਲ ਕਲਾ ਉਹ ਕਦੇ ਭੁੱਖਾ ਨਹੀਂ ਮਰਦਾ। ਸਹੀ ਗੱਲ ਹੈ। ਤੇ ਹੋਰ ਤਮੰਨਾ ਜੀ, ਜਿਵੇਂ ਬਾਈ ਨੇ ਆਪਦੀ ਕਹਾਣੀ ਦੱਸੀ ਆ ਪਹਿਲਾਂ, ਹੈ ਨਾ, ਵੀ ਤੁਹਾਨੂੰ ਮਿਲਿਆ ਇਹਨਾਂ ਦਾ ਕਿੰਨਾ ਕੁਛ ਹੋਇਆ, ਹੈ ਨਾ, ਅਤੇ ਜਿਹੜੀਆਂ ਸਮੱਸਿਆ ਇਹਨਾਂ ਨੂੰ ਆਈਆਂ ਜਦੋਂ ਤੁਸੀਂ ਇਹਨਾਂ ਨਾਲ ਰਹਿਣ ਲੱਗ ਗਏ, ਹੈ ਨਾ, ਤੁਹਾਡੇ ਵੱਲੋਂ ਵੀ ਸਮੱਸਿਆ ਆਈ ਫਿਰ ਕੋਈ ਪਰਿਵਾਰ ਵੱਲੋਂ? ਹਾਂਜੀ, ਸਮੱਸਿਆ ਤਾਂ ਬਥੇਰੀ ਆਈ ਹੈ ਜੀ, ਸੰਖਾ ਬਹੁਤ ਕੀਤਾ ਆਪਣੀ ਲਾਈਫ 'ਚ, ਬਹੁਤ ਲੜੀਆਂ ਘਰਦਿਆਂ ਤੋਂ ਰਿਸ਼ਤੇਦਾਰ ਤੋਂ, ਬਹੁਤ ਲੜੀਆਂ ਜੀ ਮੈਂ। ਹਾਂਜੀ, ਜਦੋਂ ਇਹਨਾਂ ਪਿਆਰ ਇੰਨਾ ਪੈ ਗਿਆ ਜੀ, ਇੱਕ ਦੇ ਦੂਜੇ ਬਿਨਾਂ ਅਸੀਂ ਰਹਿ ਨਹੀਂ ਸਕਦੇ ਸੀ, ਫਿਰ ਅਸੀਂ ਕਦਮ ਚੱਕ ਲਿਆ ਸੀ, ਮੈਂ ਕਿਹਾ ਜਦੋਂ ਇਹਨੇ ਘਰੋਂ ਪੈਰ ਪੱਟਿਆ, ਮੈਂ ਵੀ ਆਪਣਾ ਪੈਰ ਪੱਟ ਲਿਆ ਸੀ ਘਰੋਂ ਜੀ, ਅਤੇ ਆਪਣਾ ਬਸ ਬੈਗ 'ਚ 2 ਭਾਂਡੇ ਪਾਉਂਦੀ ਹਾਂ, ਇਕੱਲਾ ਬੈਗ ਘਰੋਂ ਨਿਕਲ, ਘਰ ਕੋਈ ਸਮਾਨ ਨਹੀਂ ਚੱਕਦੇ, ਆਪਣੀ ਮਿਹਨਤ ਨਾਲ ਜੋ ਕਿਤਾ ਮਾੜਾ ਮੋਟਾ ਆਪਣੀ ਮਿਹਨਤ ਨਾਲ ਕਰਿਆ ਜੀ। ਠੀਕ ਹੈ, ਹਾਂਜੀ, ਫਿਰ ਪਤਾ ਕੀ ਹੁੰਦਾ ਬਾਈ ਜੀ, ਸਾਡੇ ਨਾ ਫੋਨ ਲਾ ਕੇ ਕਹਿ ਰਿਸ਼ਤੇਦਾਰ ਵੀ ਕਹਿੰਦੇ ਨੇ, ਕਹਿ ਦਿੰਦੇ ਸੀਗੇ ਇਹਨਾਂ ਨੂੰ, ਲਾਲਚ ਦਿੰਦੇ ਸੀਗੇ ਵੀ ਦੇਖਦੇ ਹਾਂ ਅਸੀਂ ਵੀ ਤੁਹਾਨੂੰ 2 ਲੱਖ ਦੇ ਦਿੰਦੇ ਹਾਂ, ਅਸੀਂ ਤੁਹਾਨੂੰ ਪਲਾਟ ਲੈ ਕੇ ਦੇ ਦਿੰਦੇ ਹਾਂ, ਵੀ ਤੁਸੀਂ ਇਹਨਾਂ ਦਾ ਖਹਿੜਾ ਛੱਡ ਦਿਉ, ਵੀ ਤੁਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ, ਤੁਸੀਂ ਇਹਦਾ ਦਿਲਬਰ ਦਾ ਖਹਿੜਾ ਛੱਡ ਦਿਉ, ਫਿਰ ਇਹ ਹੂੰ ਹਾਂ ਕਹਿ ਦਿੰਦੇ, ਚੁੱਪ ਕਰ ਜਾਂਦੀ ਆ, ਫਿਰ ਇਹ ਮੈਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਆ, ਵੀ ਮੈਂ ਹੁਣ 2 ਲੱਖ ਲੈ ਲੂੰ, 3 ਲੱਖ ਲੈ ਲੂੰ, ਮੈਂ ਪਲਾਟ 'ਚ ਰਹਿ ਪਊ, ਮੈਂ ਰਹਿ ਕੇ ਕੀ ਕਰੂੰਗੀ ਉੱਥੇ ਜਦੋਂ ਮੇਰਾ ਬੰਦਾ ਹੀ ਨਹੀਂ ਹੈਗਾ ਮੇਰੇ ਨਾਲ, ਜਾਂ ਮੈਂ ਪੈਸੇ ਲੈ ਕੇ ਕੀ ਕਰੂੰਗੀ, ਜਦ ਮੈਂ ਆਪਦੇ ਪਿਆਰ ਨੂੰ ਹੀ ਵੇਚਤਾ, ਫਿਰ ਦੁਨੀਆਂ 'ਤੇ ਕੀ ਰਹਿ ਜੂਗਾ। ਠੀਕ ਆ, ਇੱਕ ਅਸੀਂ ਵੱਖਰਾ ਕਰਿਆ ਗਾ, ਠੀਕ ਆ, ਸੱਚੀ ਵੱਖਰਾ, ਮੇਰੀ ਬਹੁਤ ਦੇਵੀ ਵੀ ਆ ਇਹ, ਮੇਰੀ ਸਾਰਾ ਕੁਛ ਇਹ ਹੈਗਾ, ਠੀਕ ਆ, ਮੇਰੀ ਵਾਈਫ ਤਾਂ ਹੈਗੀ ਹੈਗੀ, ਮੇਰਾ ਸਾਰਾ ਕੁਛ ਇਹੀ ਹੈਗੀ। ਹਾਂਜੀ ਤਮੰਨਾ ਜੀ, ਤੁਹਾਨੂੰ ਦਿਲਬਰ ਤਾਂ ਮਿਲ ਗਿਆ ਹੈ ਨਾ, ਅਤੇ ਤਮੰਨਾ ਦੀ ਹੋਰ ਕੀ ਤਮੰਨਾ? ਮੈਂ ਤਾਂ ਇਹ ਚਾਹੁੰਦੀ ਮੇਰੀ ਇੱਕ ਤਮੰਨਾ ਪੂਰੀ ਹੋ ਜਾਣਾ, ਪਰਮਾਤਮਾ ਮੇਰੇ ਦਿਲ ਦੀ ਰੂਹ ਖੁਸ਼ ਕਰ ਦੇ, ਮੈਂ ਨਾ ਮੈਨੂੰ ਕੋਈ ਗੁੜੀਆ ਗੋਦ ਦੇ ਦੇ ਜੀ, ਮੈਂ ਨਾ ਘਰਲੀ ਦਾ ਘਰੇ ਜੀਣ ਲੱਗਦਾ, ਜੇ ਮੈਂ ਘਰੇ ਪ੍ਰੋਗਰਾਮ ਤੋਂ ਆਉਂਦੀ ਹਾਂ ਜੀ, ਘਰ ਨਾ ਮੈਨੂੰ ਖਾ ਮੂੰਗ ਪੈਂਦਾ, ਰਿਸ਼ਤੇਦਾਰ ਵੀ ਮੈਨੇ ਤਾਣਾ ਮੈਨੇ ਮਾਰਦੇ ਆ, ਤਮੰਨਾ ਤੂੰ ਮਾਰ ਨਹੀਂ ਬਣ ਸਕਦੇ, ਤੂੰ ਕਿੰਨਰ ਆ, ਤੂੰ ਜਵਾਕ ਨਹੀਂ ਪੈਦਾ ਕਰ ਸਕਦੇ, ਇਹਨਾਂ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ ਬਹੁਤ ਮਿਹਨਤ ਕਰਦੇ ਆ ਜੀ, ਮੈਂ ਤਾਂ ਬਸ ਇਹ ਚਾਹੁੰਦੀ ਹਾਂ ਪਰਮਾਤਮਾ ਮੈਨੂੰ ਇੱਕ ਕੁੜੀ ਗੋਦ ਦੇ ਦੇ, ਮੇਰੇ ਘਰੇ ਘਰ ਇਕੱਲੀ ਜੀ ਨਹੀਂ ਲੱਗਦਾ ਜੀ। ਚਲੋ ਤਮੰਨਾ ਜੀ, ਮੰਨ ਲਓ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਹੈ ਨਾ, ਵੀ ਮੈਂ ਕੁੜੀ ਗੋਦ ਲੈ ਲੂੰ, ਹੈ ਨਾ, ਹਾਂਜੀ, ਤਾਂ ਤੁਹਾਨੂੰ ਪਤਾ ਵੀ ਆਪਣਾ ਹੁਣ ਸਮਾਜ ਕਿਹੋ ਜਿਹਾ, ਹੈ ਨਾ, ਹਾਂਜੀ, ਅਤੇ ਕੀ ਤੁਸੀਂ ਉਸ ਕੁੜੀ ਨੂੰ ਮਾਂ ਦਾ ਪਿਆਰ ਦੇ ਪਾਓਗੇ? ਹਾਂਜੀ, ਮੈਂ ਕੁੜੀ ਨੂੰ ਨਾ ਦਿਲ ਤੋਂ ਜਾਨ ਤੋਂ ਵੱਧ ਕੇ ਪਿਆਰ ਕਰੂੰਗੀ, ਔਰ ਇਹ ਸਾਰੇ ਚੀਜ਼ਾਂ ਐਨ ਪੂਰੀਆਂ ਕਰੂੰਗੀ, ਉਹਨੂੰ ਕਿਸੇ ਚੀਜ਼ ਦੀ ਘਾਟ ਰਹਿਣੀ, ਬਸ ਤਾਂ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਮੈਨੂੰ ਕੁੜੀ ਆ ਕੋਈ ਗੋਦ ਦੇ ਦੇ, ਮੈਂ ਉਹ
गोद लेना चाहनी हाँ कि मेरे दिल की तमन्ना पूरी हो जाए। हाँ जी तमन्ना जी जिवें दिलबर ने दस्या ना हाँ जी भी साडा परिवार तो हुण तक विरोध कर रहा ना ਤੇ ਤੁਹਾਡਾ ਪਰਿਵਾਰ ਕਿਵੇਂ ਵਰਤਦਾ ਤੁਹਾਡੇ ਨਾਲ ਉਹ ਵੀ ਤੁਹਾਨੂੰ ਸਵੀਕਾਰ ਨਹੀਂ ਕਰਦੇ ਜਿਵੇਂ ਜੀ ਮੇਰੇ ਭੈਣ ਜੀਜਾ ਨੇ ਮੇਰੇ ਰਿਸ਼ਤੇਦਾਰ ਨੇ ਜਿਵੇਂ ਅਸੀਂ ਮੈਰਿਜ ਕਰਾ ਲੈਂਦੇ ਸਾਦ ਬਾਅਦ ਉਹ ਕਹਿੰਦੇ ਵਰਤਦੇ ਨਹੀਂ ਹੈਗੇ ਸੀ ਸਾਡੇ ਨਾਲ ਵਿਆਹ ਕਰਾ ਲੈ ਵਿਰੋਧ ਕਰਦੇ ਸੀਗੇ ਰਿਸ਼ਤੇਦਾਰ ਵੀ ਜਿਵੇਂ ਮੇਰੇ ਭੈਣ ਜੀ ਨੇ ਵਿਰੋਧ ਕੀਤਾ ਉਹਨਾਂ ਨੇ ਕਿ ਸਾਲ ਉਹ ਇਕੱਠੇ ਰਹਿਣ ਜੇ ਉਹਨਾਂ ਨੇ ਪਤਾ ਲੱਗਦਾ ਸਾਲ ਰਹੇ ਇਕੱਠੇ ਆ ਹੁਣ ਸਾਡੇ ਨਾਲ ਹੌਲੀ ਹੌਲੀ ਵਰਤਣ ਲੱਗ ਗਏ ਜੀ ਕਿ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਹੁਣ ਜਿਵੇਂ ਕੋਈ ਤਿਉਹਾਰ ਆਉਂਦਾ ਹੁਣ ਸਾਡੇ ਕੋਲ ਆਉਣਾ ਜਾਣਾ ਸ਼ੁਰੂ ਹੋ ਗਿਆ ਉਹਨਾਂ ਦਾ ਮੈਂ ਵੀ ਉਹਨਾਂ ਨੇ ਵਰਤ ਲੱਗ ਗਈ ਸੋਹਣਾ ਵਰਤ ਦਿੰਦੇ ਜਾਂਦੀ ਤੁਹਾਡੇ ਜਿਹੜੇ ਭੈਣ ਅਤੇ ਭਰਾ ਉਹ ਤੁਹਾਡੇ ਕੋਲ ਆ ਜਾਂਦੇ ਕਦੇ ਨਾ ਕਦੇ ਅਤੇ ਤਿਉਹਾਰ 'ਤੇ ਆਉਂਦੇ ਮੈਂ ਵੀ ਤਿਉਹਾਰ 'ਤੇ ਵਗ ਜਾਂਦੀ ਹਾਂ ਕੋਈ ਦੀਵਾਲੀ ਹੈ ਕੋਈ ਲੋਹੜੀ ਹੈ ਤਿਉਹਾਰ 'ਤੇ ਜਿੰਨਾ ਕੁ ਮੈਂ ਤਾਂ ਸਰਦ ਮੈਂ ਦੇ ਕੇ ਆਉਂਦੀ ਹਾਂ ਜੀ ਉਹ ਵੀ ਆ ਜਾਂਦੇ ਨੇ ਮੇਰੇ ਕੋਲ ਜੀ ਹੁਣ ਤਾਂ ਵਰਤਣ ਲੱਗ ਜੀ ਮੇਰੇ ਨਾਲ ਅੱਛਾ ਇੱਕ ਗੱਲ ਹੋਰ ਸੀ ਹੈ ਨਾ ਹਾਂਜੀ ਵੀ ਜਿਵੇਂ ਚਲੋ ਜਿਵੇਂ ਕਹਾਵਤ ਬਣੀ ਹੋਈ ਹੈ ਨਾ ਸਿਆਣੇ ਦੀ ਕਹਾਵਤ ਆ ਇਹ ਵੀ ਜਦੋਂ ਭਾਂਡੇ ਹੁੰਦੇ ਆ ਖੜਕਦੇ ਵੀ ਹੁੰਦੇ ਆ ਹੈ ਨਾ ਹਾਂਜੀ ਜਿਵੇਂ ਤੁਹਾਡੀ ਇੰਨੀ ਵਧੀਆ ਬਣਦੀ ਹੈ ਹੈ ਨਾ ਵਧੀਆ ਜੋੜੀ ਆ ਤੁਹਾਡੀ ਹਾਂਜੀ ਮਾੜੀ ਮੋਟੀ ਨੋਕ ਝੋਕ ਵੀ ਹੁੰਦੀ ਰਹਿੰਦੀ ਹੈ ਹਾਂਜੀ ਹੁੰਦੀ ਹੈ ਜੀ ਜਦੋਂ ਮੈਂ ਇਹਨੂੰ ਕਹਿੰਦੀ ਕਿ ਮੈਂ ਪ੍ਰੋਗਰਾਮ 'ਤੇ ਜਾਂਦੀ ਹਾਂ ਕਿ ਤੂੰ ਵੀ ਕੰਮ ਕਰਿਆ ਕਰ ਸਾਰੇ ਘਰੇ ਪਿਆ ਰਹਿੰਦਾ ਕਿ ਕੰਮ ਨਹੀਂ ਕਰ ਸਕਦਾ ਬਹੁਤੇਰਾ ਲੜਦੀ ਹਾਂ ਕਿ ਕੰਮ ਤਾਂ ਬਿਨਾਂ ਕੁਛ ਨਹੀਂ ਹੈਗਾ ਕਿ ਆਹੀ ਟਾਈਮ ਦੋ ਪੈਸੇ ਜੋੜਨ ਦਾ ਕਿਹੜਾ ਆਪਣੇ ਕੋਈ ਬਾਹਰ ਕੋਈ ਦੇ ਕੇ ਜਾਊਗਾ ਬਥੇਰਾ ਲੜਦੀ ਰਹਿੰਦੀ ਹਾਂ ਨਾ ਕਿ ਕੰਮ ਕਰ ਲੈ ਕਰ ਕੰਮ ਕਰ ਲੈ ਕਰ ਮੈਂ ਗਾਲਾਂ ਬਹੁਤ ਕੱਢਦੀ ਹਾਂ ਫਿਰ ਇਹਨੂੰ ਕਿਉਂ ਬਾਈ ਨੋਕਝੋਕ ਹੋਈ ਜਾਂਦੀ ਆ ਫਿਰ ਕਹਿੰਦੇ ਨੇ ਬਈ ਤੁਸੀਂ ਕੰਮ 'ਤੇ ਨਹੀਂ ਜਾਂਦਾ ਹੈਗਾ ਵੀ ਆਏ ਹਾਂ ਵੀ ਮੈਂ ਉੱਧਰ ਵਗ ਜਾਂਦੀ ਹਾਂ ਪ੍ਰੋਗਰਾਮ 'ਤੇ ਫਿਰ ਮੈਂ ਵੀ ਕਹਿ ਦਿੰਦਾ ਹੁੰਦਾ ਮੈਂ ਵੀ ਮੈਂ ਤੁਹਾਡੇ ਨਾਲ ਜਾਣਾ ਪ੍ਰੋਗਰਾਮ 'ਤੇ ਮੇਰਾ ਜੀ ਨਹੀਂ ਲੱਗਦਾ ਇਕੱਲੇ ਦਾ ਘਰ ਫਿਰ ਇਕੱਲਾ ਮੈਂ ਰਹਿੰਦਾ ਨੀਗਾ ਅਤੇ ਤਾਂ ਕਰਕੇ ਫਿਰ ਦੋ ਭਾਂਡੇ ਖੜਕਦੇ ਹੁੰਦੇ ਆ ਫਿਰ ਜਦੋਂ ਇਹ ਕਈ ਵਾਰੀ ਪ੍ਰੋਗਰਾਮ ਤੋਂ ਆਉਣ ਥੱਕੇ ਹੁੰਦੇ ਆਗੇ ਫਿਰ ਮੈਂ ਇਹਨਾਂ ਨੂੰ ਕਹਿ ਦਿੰਦਾ ਤੁਸੀਂ ਬਹਿ ਜਾਓ ਚੱਲ ਕੋਈ ਨਾ ਰੋਟੀ ਪਾਣੀ ਵੀ ਮੈਂ ਆਪ ਹੀ ਕਰ ਲੈਂਦਾ ਹੁੰਦਾ ਫਿਰ ਮੈਂ ਨਹੀਂ ਇਹਨਾਂ ਨੂੰ ਕਹਿੰਦਾ ਜਿੰਨਾ ਕੁ ਯੋਗਦਾਨ ਪੈਂਦਾ ਪਾਉਣੇ ਹਾਂ ਅਸੀਂ ਯੋਗਦਾਨ ਹੁਣ ਜਦੋਂ ਮੈਂ ਜਿਵੇਂ ਪ੍ਰੋਗਰਾਮ 'ਤੇ ਜਾਂਦੀ ਹਾਂ ਉੱਥੇ ਤਾਂ ਇਕੱਲੀ ਲੋੜ ਹੁੰਦੀ ਆ ਇਹ ਤਾਂ ਕਹਿੰਦਾ ਮੈਂ ਨਾਲ ਜਾਣਾ ਹੁਣ ਜਦ ਇਹਨੂੰ ਨਾਲ ਕੋਈ ਦੇ ਕੋਈ ਪੇਮੈਂਟ ਦਾ ਇਹਨੂੰ ਮੈਂ ਲਿਜਾ ਨਹੀਂ ਸਕਦੀ ਇਤਰਾਜ ਕਰਦੇ ਪਾਰਟੀ ਵਾਲੇ ਕਿ ਇਕੱਲੀ ਇਹਨੇ ਮੈਨੂੰ ਲੜਦਾ ਰਹਿੰਦਾ ਕਹਿੰਦਾ ਮੈਂ ਤੈਨੂੰ ਇਕੱਲੀ ਨਹੀਂ ਜਾਂਦਾ ਮੈਂ ਜਾਊਂਗੀ ਜੋ ਕਰ ਲੈਣਾ ਕਰ ਲਾ ਨਾਲ ਤਾਂ ਹੁਣ ਆਏ ਹਾਂ ਜੀ ਜਾਣਾ ਪੈਂਦਾ ਗਾ ਨਾਲ ਤਾਂ ਹੁਣ ਜਿਵੇਂ ਇੱਥੋਂ ਕਹਾਵਤ ਬਣੀ ਆਈ ਆ ਇੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਮੈਨੂੰ ਵੀ ਐਂ ਹੁੰਦਾ ਵੀ ਇਹਨਾਂ ਨਾਲ ਹੀ ਰਹਾਂ ਸਾਥ ਨਾਲ ਛੱਡਾਂ ਫਿਰ ਇਹਨਾਂ ਨੂੰ ਜਦੋਂ ਕੋਈ ਪ੍ਰੋਗਰਾਮ ਆ ਜਾਂਦਾ ਗਾ ਕਹਿ ਦਿੰਦਾ ਇਹਨਾਂ ਨੂੰ ਕਹਿੰਦੇ ਨੇ ਵੀ ਤੁਹਾਨੂੰ ਇਕੱਲੀ ਨੂੰ ਲੈ ਕੇ ਜਾਣਾ ਗਾ ਫਿਰ ਮੈਂ ਇਹਨਾਂ ਤੋਂ ਮੂਹਰੇ ਹੋ ਕੇ ਤਿਆਰ ਹੁੰਦਾ ਗਾ ਫਿਰ ਮੈਂ ਇਹਨਾਂ ਦੀਆਂ ਸੁਣਦਾ ਗਾ ਚਲੋ ਕਿਤੇ ਕਿਤੇ ਮੈਨੂੰ ਵੀ ਫਿਰ ਖੁਸ਼ੀ ਮਿਲਦੀ ਹੈਗੀ ਵੀ ਇਹ ਮੈਨੂੰ ਬੋਲਣ ਇਹ ਬੋਲਦੇ ਨੇ ਮੈਨੂੰ ਫਿਰ ਐਂ ਨੋਕ ਝੋਕ ਮਾੜੀ ਮੋਟੀ ਹੋ ਜਾਂਦੀ ਹੈਗੀ ਤਮੰਨਾ ਜੀ ਤੁਸੀਂ ਉਦਾਸ ਨਾ ਹੋਵੋ ਵੀ ਤੁਸੀਂ ਇਕੱਲੇ ਹੋ ਤੁਹਾਡਾ ਪਰਿਵਾਰ ਬਹੁਤ ਵੱਡਾ ਆਓ ਦੇਖਦੇ ਹਾਂ ਤਮੰਨਾ ਅਤੇ ਦਿਲਬਰ ਦਾ ਪਰਿਵਾਰ ਹਾਂਜੀ ਤਮੰਨਾ ਜੀ ਹਾਂਜੀ ਦਿਲਬਰ ਜੀ ਤੁਸੀਂ ਕਲਾ ਨਾਲ ਵੀ ਜੁੜੇ ਹੋਏ ਹੋ ਹੈ ਨਾ ਹਾਂਜੀ ਅਤੇ ਫਿਰ ਸਾਡੇ ਦਰਸ਼ਕਾਂ ਨੂੰ ਕੁਝ ਗੁਣਗੁਣਾ ਕੇ ਸੁਣਾਓ ਜ਼ਰੂਰ ਠੀਕ ਜ਼ਰੂਰ ਸੁਣਾਵਾਂਗੇ ਜੀ ਹਾਂਜੀ ਸੁਣਦੇ ਆ ਸੱਜਣਾ ਨੂੰ ਮੈਂ ਵਿਦਾ ਹਾਏ ਕਰ ਆਈ ਤੇ ਹੁਣ ਕੀ ਵੇਖਾਂ ਘਰੇ ਜਾ ਕੇ ਚਾਰੇ ਪਾਵੇ ਪਲੰਗ ਦੇ ਤੇ ਮੇਰੇ ਮਨੋਂ ਨਾ ਲੱਥੜੇ ਚਾਵੇ ਰੱਜਣਾ ਗੱਲਾਂ ਹਾਏ ਮੈਂ ਕੀਤੀਆਂ ਤੇ ਮੈਂ ਰੋਵਾਂ ਗਲ ਹਾਏ ਤਰਲੇ ਪਾਏ ਮਿਣਤਾਂ ਕਰੀਆਂ ਕਿੰਨੀਆਂ ਪੈਰੀ ਚੁੰਨੀਆਂ ਧਰੀਆਂ ਤਰਲੇ ਪਾਏ ਮਿਣਤਾਂ ਕਰੀਆਂ ਕਿੰਨੀਆਂ ਪੈਰੀ ਚੁੰਨੀਆਂ ਧਰੀਆਂ ਤਾਂ ਵੀ ਨਾਗ ਦਮੂਹਾਂ ਤਾਂ ਵੀ ਨਾਗ ਦਮੂਹਾਂ ਬਣ ਮੇਰੇ ਸੀਨੇ ਲੜ ਗਿਆ ਵੇ ਖੜੀ ਟੇਸਣ ਤੇ ਰਹਿ ਗਈ ਆਪ ਤੂੰ ਗੱਡੀ ਚੜ੍ਹ ਗਿਆ ਵੇ ਖੜੀ ਟੇਸਣ ਤੇ ਛੱਡ ਗਿਆ ਆਪ ਤੂੰ ਗੱਡੀ ਚੜ੍ਹ ਗਿਆ ਵੇ ਇਧਰ ਰੋਕਿਆ ਰਾ ਰੋਕਿਆ ਇੱਕ ਨਾ ਮੰਨੀ ਮੇਰੀ ਓ ਮੁੜ ਚੱਲ ਆ ਜਾ ਮੁੜ ਚੱਲ ਕਰ ਨੂੰ ਬਾਂਹ ਖਿੱਚਦੀ ਰਹੀ ਤੇਰੀ ਓ ਮੁੜ ਚੱਲ ਆ ਜਾ ਮੁੜ ਚੱਲ ਕਰ ਨੂੰ ਬਾਂਹ ਖਿੱਚਦੀ ਰਹੀ ਤੇਰੀ ਉਹ ਵੀ ਸੌਕਣ ਤਣ ਗਈ ਤਾਣੀ ਸਹੀ ਟਾਈਮ ਆ ਗਈ ਖੇ ਖਾਣੀ ਜਦ ਮਾਰੀ ਇੱਕੋ ਕੂਕ ਮਾਰੀ ਇੱਕੋ ਕੂਕ ਮਾਹੀ ਝੱਟ ਅੰਦਰ ਵੜ ਗਿਆ ਵੇ ਖੜੀ ਟੇਸਣ ਤੇ ਰਹਿ ਗਈ ਆਪ ਤੂੰ ਗੱਡੀ ਚੜ੍ਹ ਗਿਆ ਵੇ ਖੜੀ ਟੇਸਣ ਤੇ ਛੱਡ ਗਿਆ ਆਪ ਤੂੰ ਗੱਡੀ ਚੜ੍ਹ ਗਿਆ ਵੇ
ਤਮੰਨਾ ਜੀ ਹਾਂਜੀ ਤੁਸੀਂ ਵੀ ਕੁਝ ਸੁਣਾਓ ਸਾਡੇ ਦਰਸ਼ਕਾਂ ਹਾਂ ਜੀ ਇੱਕ ਦੋ ਆਂਦੇ ਪੈਰ ਸੁਣਾ ਦਿੰਦੀ ਮੈਂ ਵੀ ਧਾਰਮਿਕ ਮਿੱਠੀਆਂ ਸਗਾਤਾਂ ਮਾਲਕਾ ਦੇ ਸੁਪਨੋ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਪੁੱਤ ਬਗਾਨਾ ਠੰਡ ਨਾ ਪੈਂਦੀ ਹਏ ਪੁੱਤ ਬਗਾਨਾ ਠੰਡ ਨਾ ਪੈਂਦੀ ਇਹ ਗੱਲ ਸਾਰੀ ਦੁਨੀਆ ਕਹਿੰਦੀ ਹਏ ਇਹ ਗੱਲ ਸਾਰੀ ਦੁਨੀਆ ਕਹਿੰਦੀ ਉਹ ਝੂਠ ਨਹੀਂ ਇਹ ਬਾਤਾਂ ਝੂਠ ਨਹੀਂ ਇਹ ਬਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਕੌਣ ਕਿਸੇ ਦੇ ਆਵੇ ਜਾਵੇ ਹਏ ਕੌਣ ਕਿਸੇ ਦੇ ਆਵੇ ਜਾਵੇ ਦਾਣਾ ਪਾਣੀ ਖਿੱਚ ਲਿਆਵੇ ਹਏ ਦਾਣਾ ਪਾਣੀ ਖਿੱਚ ਲਿਆਵੇ ਝੂਠ ਨਹੀਂ ਇਹ ਬਾਤਾਂ ਝੂਠ ਨਹੀਂ ਇਹ ਬਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾਂ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ ਦੇ ਪੁੱਤਰਾਂ ਦੀਆਂ ਦਾਤਾਂ ਦਾਤਿਆ ਦੇ ਸਭ ਨੂੰ ਜੇ ਮੁੰਡੇ ਚ ਮੇਰੀ ਢੋਰ ਦੇਖਣੀ ਜੇ ਮੁੰਡੇ ਚ ਮੇਰੀ ਢੋਰ ਦੇਖਣੀ ਗੜਬਾ ਲੈ ਦੇ ਕਾਂਤੀ ਦਾ ਲੱਗਦੀ ਅਸਾਂ ਕੁੜੀਏ ਨਾ ਤੇਰੀ ਤੋਰ ਨੀ ਲੇਖਣੀ ਅਸਾਂ ਕੁੜੀਏ ਨਾ ਤੇਰੀ ਤੋਰ ਨੀ ਲੇਖਣੀ ਅੱਗ ਲਾਉਣਾ ਗੜਬਾ ਚਾਂਦੀ ਦਾ ਲੱਕ ਟੁੱਟ ਜੂਹਲਾਰੇ ਖਾਂਦੀ ਦਾ ਨੀ ਲੱਕ ਟੁੱਟ ਜੂਹਲਾਰੇ ਖਾਂਦੀ ਦਾ ਸਹੁਰੇ ਤੇਰੇ ਨੇ ਲਿਆਂਦੇ ਕਰੇਲੇ ਸਹੁਰੇ ਤੇਰੇ ਨੇ ਲਿਆਂਦੇ ਕਰੇਲੇ ਸੱਸ ਤੇਰੀ ਨੇ ਤੜਕਣੀ ਮੇਰੇ ਬਾਰੀ ਆਈ ਪਤੀਲਾ ਖੜਕਣੀ ਮੇਰੇ ਬਾਰੀ ਆਈ ਪਤੀਲਾ ਖੜਕਣੀ ਮੇਰੇ ਬਾਰੀ ਆਈ ਪਤੀਲਾ ਖੜਕੇ ਲਓ ਜੀ ਇਹ ਆ ਤਮੰਨਾ ਅਤੇ ਦਿਲਵਰ ਦਾ ਪਰਿਵਾਰ ਤੁਹਾਡੇ ਸਾਹਮਣੇ ਆ ਮਿੱਠੂ ਆ ਇਹਨਾਂ ਦਾ ਬਹੁਤ ਵਧੀਆ ਬੋਲਦਾ ਅਤੇ ਆ ਕਤੂਰੇ ਰੱਖੇ ਹੋਏ ਆ ਪੰਜ ਅਤੇ ਇੱਧਰ ਖੁੱਡਾ ਜਿਹੜਾ ਕਬੂਤਰਾਂ ਦਾ ਉੱਪਰ ਪਿਆ ਅਤੇ ਜਿੰਨੇ ਰੌਸ਼ਨਦਾਨ ਨੇ ਇਹਨਾਂ ਸਾਰਿਆਂ ਦੇ ਵਿੱਚ ਵੀ ਕਬੂਤਰ ਰਹਿੰਦੇ ਨੇ ਘਰ ਬੇਸ਼ੱਕ ਬਹੁਤ ਛੋਟਾ ਪਰ ਦਿਲ ਬਹੁਤ ਵੱਡਾ ਇਹਨਾਂ ਦਾ ਬਹੁਤ ਪਿਆਰ ਨਾਲ ਰਹਿੰਦੇ ਨੇ ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ੍ਹ ਇੰਨੀ ਬਿਜ਼ੀ ਲਾਈਫ ਆ ਵੀ ਆਪਣੇ ਬੱਚਿਆਂ ਨੂੰ ਵੀ ਆਪਾਂ ਸਮਾਂ ਨਹੀਂ ਦੇ ਪਾਉਂਦੇ ਅਤੇ ਇਹ ਜੋੜੀ ਤੁਹਾਡੇ ਸਾਹਮਣੇ ਆ ਵੀ ਕਿੰਨਾ ਪਿਆਰ ਕਰਦੀ ਆ ਪੰਛੀਆਂ ਨੂੰ ਅਤੇ ਜਾਨਵਰਾਂ ਨੂੰ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਨੇ ਇਹ ਅਤੇ ਇਹ ਸੀ ਲਵ ਸਟੋਰੀ ਤੁਹਾਡੇ ਜਿਹੜੀ ਸਾਹਮਣੇ ਪੇਸ਼ ਕੀਤੀ ਹੈ ਤਮੰਨਾ ਅਤੇ ਦਿਲਵਰ ਦੀ ਅਤੇ ਕੈਮਰਾਮੈਨ ਜੋਤ ਪੋਤਨਾ ਮੈਂ ਰਣਜੀਤ ਚੌਹਾਨ ਇਹ ਬਈ ਦਿਲਵਰ ਇਹ ਤਮੰਨਾ ਇਹ ਸਟੋਰੀ ਤੁਹਾਨੂੰ ਲਵ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਹੜਾ ਸਾਡਾ ਚੈਨਲ ਆ ਆਜ਼ਾਦ ਟੀ ਵੀ ਪੋਤਨਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸਟੋਰੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।